ਨਿਊਜ਼ ਪੰਜਾਬੀ ਦੇਖ ਰਹੇ ਹੋ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਪੰਜਾਬ ਦੇ ਪਿੰਡਾਂ 'ਚ ਕਬੱਡੀ ਕਬੱਡੀ ਕਰਨ ਵਾਲੀਆਂ ਆਵਾਜ਼ਾਂ ਅੱਜ ਟਿਕਰੀ ਬਾਰਡਰ ਪਹੁੰਚੀਆਂ ਹੋਈਆਂ ਅਤੇ ਕਿਉਂ ਇਹ ਵੀਰ ਇਹ ਪੰਜਾਬ ਦੇ ਪਿੰਡਾਂ ਦੇ ਪੁੱਤ ਖੇਡ ਕਬੱਡੀ ਨੂੰ ਛੱਡ ਕੇ ਇੱਥੇ ਪਹੁੰਚੇ ਹੋਏ ਹੈ ਕਿਸ ਤਰ੍ਹਾਂ ਉਹਨਾਂ ਦਾ ਵਿਰਸਾ ਉਹਨਾਂ ਦੇ ਖੇਤੀ ਦੇ ਨਾਲ ਉਹਨਾਂ ਦੀ ਹੈਰੀਟੇਜ ਦੇ ਨਾਲ ਜੋ ਪਿਆਰ ਜੁੜਿਆ ਹੋਇਆ ਇੱਥੇ ਸਾਨੂੰ ਵੇਖਣ ਨੂੰ ਮਿਲ ਰਿਹਾ ਕੀ ਝਲਕ ਉਹ ਆਪਣੀ ਹੈਰੀਟੇਜ ਦੀ ਸਾਨੂੰ ਇੱਥੇ ਦਿਖਾ ਰਿਹਾ ਅੱਜ ਮੇਰੇ ਗੈਸਟ ਰੁਪਿੰਦਰ ਸਿੰਘ ਜਲਾਲ ਜੀ ਸਾਡੇ ਨਾਲ ਪਹੁੰਚੇ ਹੈ ਰੁਪਿੰਦਰ ਜੀ ਸਭ ਤੋਂ ਪਹਿਲੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਸ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰੁਪਿੰਦਰ ਜੀ ਜੋ ਸਾਡੇ ਵਿਊਅਰਸ ਤੁਹਾਨੂੰ ਵੇਖ ਰਹੇ ਖਾਸ ਕਰਕੇ USA ਕੈਨੇਡਾ ਦੇ ਵਿੱਚ ਉਹਨਾਂ ਲਈ ਤੁਸੀਂ ਕੋਈ ਨਵਾਂ ਨਾਂ ਨਹੀਂ ਹੈਗੇ ਤੁਹਾਡੀ ਜੋ ਖੇਡ ਵਿੱਚ ਦੇਣ ਰਹੀ ਹੈ ਖਾਸ ਕਰਕੇ ਤੁਸੀਂ ਇੰਟਰਨੈਸ਼ਨਲੀ ਵੀ ਕੰਪੀਟੀਸ਼ਨ ਵਿੱਚ ਹਿੱਸਾ ਲਿੱਤਾ ਹੈ ਅਤੇ ਹੁਣ ਤੁਸੀਂ ਇੱਥੇ ਕਬੱਡੀ ਦੇ ਵੱਖ ਵੱਖ ਕੰਪੀਟੀਸ਼ਨ ਇੱਥੇ ਔਰਗਨਾਈਜ਼ ਕਰਦੇ ਹੋ ਯੂਥ ਨੂੰ ਸਹੀ ਪਾਸੇ ਲਗਾ ਰਹੇ ਹੋ ਖੇਡਾਂ ਦੇ ਵਿੱਚ ਲੈ ਕੇ ਆ ਰਹੇ ਹੋ ਵੀ ਕਬੱਡੀ ਜੋ ਸਾਡੀ ਵਿਰਸੇ ਦੀ ਇੰਨੀ ਵੱਡੀ ਖੇਡ ਹੈਗੀ ਬਟ ਇਸ ਸੰਘਰਸ਼ ਦੇ ਵਿੱਚ ਤੁਸੀਂ ਕਿੰਨੇ ਮਹੀਨਿਆਂ ਤੋਂ ਨਾ ਕਿ ਸਿਰਫ ਆਪਣੀ ਜੌਬ ਬਟ ਕਬੱਡੀ ਦੇ ਜੋ ਕੰਪੀਟੀਸ਼ਨ ਜੋ ਇਨ ਦਿਨਾਂ ਦੇ ਵਿੱਚ ਨੋਰਮਲ ਹੁੰਦੇ ਆ ਚੱਲ ਰਹੇ ਹੁੰਦੇ ਉਹਨਾਂ ਨੂੰ ਹਰ ਇੱਕ ਚੀਜ਼ ਨੂੰ ਰੋਕ ਕੇ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਸਾਨੂੰ ਦੱਸੋ ਤੁਸੀਂ ਇੱਥੇ ਕਦੋਂ ਆਏ ਅਤੇ ਕੀ ਚੀਜ਼ ਤੁਹਾਨੂੰ ਇੱਥੇ ਖਿੱਚ ਕੇ ਲੈ ਕੇ ਮੈਂ ਜੀ 25 ਸਤੰਬਰ 2020 ਦੇ ਵਿੱਚ ਜਦੋਂ ਇਹ ਅੰਦੋਲਨ ਦਾ ਪਹਿਲਾ ਜਾਣੀ ਕਿ ਪੜਾਅ ਸੀਗੀ ਪਹਿਲੀ ਸਟੇਜ ਸੀਗੀ ਜਦੋਂ ਚੱਕਾ ਜਾਮ ਹੋਇਆ ਸੀਗਾ ਜਥੇਬੰਦੀਆਂ ਨੇ ਕਾਲ ਦਿੱਤੀ ਸੀ ਵੀ ਆਪਾਂ ਚੱਕਾ ਜਾਮ ਕਰਾਂਗੇ ਇਹਨਾਂ ਕਾਲੇ ਕਾਨੂੰਨਾਂ ਦੇ ਵਿਰੁੱਧ ਉਸ ਦਿਨ ਤੋਂ ਹੀ ਆਪਾਂ ਚੱਲੇ ਹੋਏ ਹਾਂ 2 ਮਹੀਨੇ ਆਪਾਂ ਵਰਕ ਕੀਤਾ ਲਾਮਬੰਦੀ ਕੀਤੀ ਪੰਜਾਬ ਦੇ ਵਿੱਚ ਸੋ ਥੋੜ੍ਹੇ ਬਹੁਤੇ ਟੂਰਨਾਮੈਂਟਾਂ 'ਤੇ ਮੈਂ ਗਿਆ ਵੀ ਸੀਗਾ ਅਤੇ ਮੇਰੀ ਜ਼ਿਆਦਾ ਕੋਸ਼ਿਸ਼ ਇਹੀ ਹੁੰਦੀ ਸੀ ਵੀ ਟੂਰਨਾਮੈਂਟਾਂ 'ਤੇ ਜਾ ਕੇ ਵੀ ਇਹ ਮੈਂ ਬੋਲਾਂ ਮੈਂ ਇੱਕ ਐਜ਼ ਏ ਕੋਮੈਂਟੇਟਰ ਕੰਮ ਕਰਦਾ ਜੀ ਕਬੱਡੀ ਦੇ ਵਿੱਚ ਔਰ ਲਾਮਬੰਦੀ ਕੀਤੀ ਸੋ ਅਸੀਂ ਲਾਸਟ 26 ਨਵੰਬਰ ਤੋਂ ਘਰੋਂ ਚੱਲੇ ਹੋਏ ਆ ਜੀ ਸੋ ਅੱਜ ਹੋ ਗਈ ਮੇਰਾ ਖਿਆਲ ਕਿੰਨੀ ਹੋ ਗਈ ਅੱਜ ਤਾਂ ਡੇਟ ਦਾ ਵੀ ਨਹੀਂ ਪਤਾ 15 ਤਰੀਕ ਇੰਨਾ ਪਤਾ ਵੀ 51 ਦਿਨ ਹੋ ਗਏ ਸੋ 15 ਤਰੀਕ ਹੋ ਗਈ 51 ਦਿਨ ਪੂਰੇ ਅੱਜ ਜਿਹੜੇ ਆਪਾਂ ਨੂੰ ਹੋ ਗਏ ਆ ਜੀ ਸੋ ਬੜੀ ਖੁਸ਼ੀ ਹੈ ਬਾਹਰਲੇ ਜਿਹੜੇ ਸਾਡੇ ਪਰਿਵਾਰ ਨੇ ਉਹ ਬਹੁਤ ਸਪੋਰਟ ਕਰ ਰਹੇ ਨੇ ਬਹੁਤ ਜਿਹੜੇ ਚਾਹੇ ਉਹ ਪੁਰਾਣੇ ਗਏ ਹੋਏ ਨੇ ਅਤੇ ਚਾਹੇ ਉਹ ਨਵੇਂ ਗਏ ਆ ਚਾਹੇ ਸਟੂਡੈਂਟ ਨੇ ਬਹੁਤ ਵੱਡੀ ਉਹਨਾਂ ਦੀ ਆਪਾਂ ਕਹਿ ਦਈਏ ਵੀ ਦੇਣ ਹੈ ਇਸ ਸੰਘਰਸ਼ ਦੇ ਲਈ ਇਸ ਘੋਲ ਦੇ ਲਈ ਇਸ ਮੋਰਚੇ ਦੇ ਲਈ ਔਰ ਸਭ ਤੋਂ ਵੱਡੀ ਗੱਲ ਆਪਾਂ ਦੇਖਦੇ ਹਾਂ ਤੁਸੀਂ ਵੀ ਦੇਖਿਆ ਹੋਣਾ ਵੀ ਜਿਹੜੇ NRIs ਆਉਂਦੇ ਆ ਜ਼ਿਆਦਾਤਰ ਉਹ ਇਸ ਕਰਕੇ ਆਉਂਦੇ ਆ ਵੀ ਜਿਹੜੇ ਉੱਥੋਂ ਦੇ ਬੋਈ ਨੇ ਬੱਚੇ ਆ ਉਹਨਾਂ ਦੇ ਉਹ ਸਾਡੀ ਜ਼ਮੀਨ ਨਾਲ ਸਾਡੇ ਪਰਿਵਾਰਾਂ ਨਾਲ ਸਾਡੇ ਪਿਛੋਕੜ ਨਾਲ ਉਹ ਇੱਥੇ ਦਿਖਾਉਣ ਦੇ ਲਈ ਲੈ ਕੇ ਆਉਂਦੇ ਹਨ ਔਰ ਅੱਜ ਕੱਲ੍ਹ ਕੀ ਦੇਖਦੇ ਹਾਂ ਜਦੋਂ ਫੋਨ ਮੈਸੇਜ ਆਉਂਦੇ ਆ ਵੀ ਜਿਹੜੇ ਉਹ ਦੱਸਦੇ ਆ ਵੀ ਬੋਈ ਬੱਚੇ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਜਿਨ੍ਹਾਂ ਨੂੰ ਪਤਾ ਨਹੀਂ ਵੀ ਜ਼ਮੀਨ ਕੀ ਹੈ ਇੰਨਾ ਪਤਾ ਵੀ ਲੈਂਡ ਹੈ ਨਾ ਉਹਨਾਂ ਨੂੰ ਪਤਾ ਨਹੀਂ ਵੀ ਇਹਦੇ 'ਚ ਉਪਜ ਵੀ ਹੁੰਦੀ ਆ ਜਾਂ ਕਿੱਦਾਂ ਆਪਾਂ ਕਹਿ ਲਈਏ ਜਾਂ ਜਿਹੜੇ ਬੱਚੇ ਨੂੰ ਉੱਥੇ ਦਿਖਾਉਣ ਦੇ ਲਈ ਲੈ ਕੇ ਆਉਂਦੇ ਸੀਗੇ ਵੀ ਇਹ ਮੱਝਾਂ ਹੁੰਦੀਆਂ ਇਹ ਗਾਵਾਂ ਹੁੰਦੀਆਂ ਇਹ ਹਲ ਹੁੰਦੇ ਆ ਜਿਹੜਾ ਸਾਡਾ ਵਿਰਸਾ ਅੱਜ ਉਹ ਸਾਡੇ ਜਵਾਕ ਵਿਰਸੇ ਦੇ ਲਈ ਆਪਦੇ ਲਈ ਉੱਥੇ ਰੋੜਾਂ ਤੇ ਖੜ ਕੇ ਪ੍ਰੋਟੈਸਟ ਕਰ ਰਹੇ ਆ ਇਹ ਸਾਡੀ ਏਡੀ ਵੱਡੀ ਜਿੱਤ ਹੋ ਚੁੱਕੀ ਜੀ 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 ਰੁਪਿੰਦਰ ਜੀ ਜਦੋਂ ਯੂਥ ਦੀ ਗੱਲ ਆਉਂਦੀ ਹੈ ਤੁਸੀਂ ਬਹੁਤ ਵੱਡੇ ਲੈਵਲ ਤੇ ਯੂਥ ਨੂੰ ਜੋੜ ਰਹੇ ਹੋ ਵੱਖ ਵੱਖ ਤੁਸੀਂ ਸਿੰਗਰਾਂ ਨੂੰ ਇੱਥੇ ਸੱਦਦੇ ਹੋ ਭਾਵੇਂ ਤੁਹਾਡੇ ਆਪਣੇ ਪਰਸਨਲ ਉਹਨਾਂ ਦਾ ਸੰਬੰਧ ਕਰਕੇ ਉਹ ਆ ਰਹੇ ਇੱਥੇ ਬਟ ਯੂਥ ਨੂੰ ਲੈ ਕੇ ਇਸ ਅੰਦੋਲਨ ਦੇ ਵਿੱਚ ਬਹੁਤ ਮਾੜੀ ਚੀਜ਼ਾਂ ਕਹੀਆਂ ਗਈਆਂ ਪੰਜਾਬ ਦੀ ਯੂਥ ਨੂੰ ਤਾਂ ਖਾਸ ਕਰਕੇ ਪਹਿਲੇ ਤੋਂ ਹੀ ਕਿਹਾ ਨਸ਼ੇੜੀ ਹੈ ਇਹਨਾਂ ਦਾ ਕੋਈ ਫਿਊਚਰ ਨਹੀਂ ਹੈ ਬਟ ਤੁਸੀਂ ਇੱਥੇ ਦੇ ਯੂਥ ਦੇ ਵਿੱਚ ਕੀ ਤੁਸੀਂ ਦੇਖਿਆ ਜੋ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਸਾਡੇ ਵਿਊਅਰਸ ਦੇ ਨਾਲ ਦੇਖੋ ਆਪਾਂ ਨੂੰ ਇੱਥੇ ਆਇਆਂ ਨੂੰ 51 ਦਿਨ ਹੋ ਗਏ ਤੁਹਾਨੂੰ ਤੁਸੀਂ ਵੀ ਉਸ ਦਿਨ ਤੋਂ ਰਿਪੋਰਟਿੰਗ ਕਰ ਰਹੇ ਹੋ ਤੁਹਾਨੂੰ ਕਦੇ ਲੱਗਿਆ ਵੀ ਇੱਥੇ ਮੁੰਡਿਆਂ ਨੇ ਗਲਤ ਕੰਮ ਕੀਤਾ ਕੋਈ ਵੀ ਬਿਲਕੁਲ ਨਹੀਂ ਨਹੀਂ ਲੱਗਿਆ ਨਾ ਸੋ ਜਿਹੜਾ ਗੋਦੀ ਮੀਡੀਆ ਹੈ ਇਹਨਾਂ ਨੇ ਨਾ ਇੱਕ ਜਿਵੇਂ ਸੌਂਹੀ ਖਾਧੀ ਹੋਈ ਹੈ ਵੀ ਆਪਾਂ ਇਹਨਾਂ ਨੂੰ ਬਦਨਾਮ ਹੀ ਕਰਨਾ ਇਹ ਇੱਕ ਮਾਹੌਲ ਬਣਾ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਵੇਂ ਆਪਾਂ ਤੁਸੀਂ ਮੈਨੂੰ ਪਤਾ ਵੀ ਕੁਐਸਚਨ 26 ਜਨਵਰੀ ਵਾਲਾ ਕਰਨਾ ਹੀ ਕਰਨਾ ਮੈਂ ਤੁਹਾਨੂੰ ਹੁਣੇ ਜਵਾਬ ਦੇ ਦਿੰਦਾ ਇਹ ਉਹ ਚੀਜ਼ ਦਾ ਕਿ ਇਹ ਮਾਹੌਲ ਜਿਹੜੀ ਸਰਕਾਰ ਹੈ ਇਹਦੀਆਂ ਜਿਹੜੀਆਂ ਇਹਦੇ ਤੇ ਏਜੰਸੀਆਂ ਲੱਗੀਆਂ ਹੋਈਆਂ ਨੇ ਜਾਂ ਇਹਨਾਂ ਦੇ IT ਵਿੰਗ ਨੇ ਜੀ ਉਹ ਇੱਕ ਮਾਹੌਲ ਬਣਾ ਰਹੇ ਆ ਸਾਡੇ ਜਿਹੜੇ ਨੌਜਵਾਨ ਆ ਵੀ 26 ਨੂੰ ਚੱਕ ਦਿਆਂਗੇ ਉਹ ਇੱਕ ਕੋਈ ਨਾ ਕੋਈ ਇੱਕ ਪੋਸਟ ਇਹੋ ਜਿਹੀ ਬਣਾ ਕੇ ਛੱਡਦੇ ਆ ਪਰ ਜਿਹੜੀ ਸਾਨੂੰ ਐਂ ਲੱਗਦਾ ਵੀ ਸਾਨੂੰ ਆਹ ਕਰਨਾ ਚਾਹੀਦਾ ਸੋ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸਾਡੀ ਨੌਜਵਾਨੀ ਜਿਹੜੀ ਬੜੀ ਸਿਆਣੀ ਆ ਤੁਹਾਡੇ ਚੈਨਲ ਦੇ ਜ਼ਰੀਏ ਬੇਨਤੀ ਵੀ ਕਰਦੇ ਆ ਵੀ ਆਪਾਂ ਕੋਈ ਇਹੋ ਜਿਹਾ ਕਲੰਕ ਨਹੀਂ ਖੱਟ ਕੇ ਲੈ ਕੇ ਜਾਣਾ
ਜਿਹਦੇ ਨਾਲ ਸਾਨੂੰ ਆਉਣ ਵਾਲੀਆਂ ਪੁਸ਼ਤਾਂ ਸਾਨੂੰ ਇਹ ਗੱਲਾਂ ਕਹਿਣ ਵੀ ਤੁਸੀਂ ਉਦੋਂ ਆਹ ਕੰਮ ਕਰਕੇ ਆਏ ਸੀ। ਨੰਬਰ ਇੱਕ ਤੇ, ਨੰਬਰ ਦੋ ਤੇ, ਪੰਜਾਬ ਨੇ ਸੰਤਾਪ ਪਹਿਲਾਂ ਬਹੁਤ ਹੰਢਾਏ, 84 ਦੇਖੀ, ਖਾੜਕੂਆ ਦਾ ਟਾਈਮ ਦੇਖਿਆ, ਉਦੋਂ ਪਹਿਲਾਂ ਪਤਾ ਨੀ ਕਿੰਨੇ ਕੁ ਜਿਹੜੇ ਨੌਜਵਾਨ ਆ ਸਾਡੇ, ਕਈ ਘਰਾਂ ਦੇ ਵਿੱਚ ਤਾਂ ਬਰਾਤਾਂ ਹੋਣ ਚੜ੍ਹਨ ਲੱਗੇ, ਮਸਾਂ ਉਹ ਟਾਈਮ ਆਇਆ। ਸੋ ਆਪਾਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਗਲਤੀ ਨਾ ਕਰ ਬੈਠੇ ਹੋ ਜਿਹਦੇ ਨਾਲ ਸਾਨੂੰ ਨੀਵੀਂ ਪਾਉਣੀ ਪੈਂਦੀ ਜੀ। ਤੇ ਜਿੱਥੇ ਯੂਥ ਦੀ ਗੱਲ ਆਉਂਦੀ ਹੈ, ਯੂਥ ਬਿਲਕੁਲ ਜੋ ਇੱਥੇ ਸਾਡੇ ਬਜ਼ੁਰਗ ਸਾਡੇ ਸਿਆਣੇ ਜਿੱਦਾਂ ਕਿਸਾਨ ਆਗੂ ਲੀਡਰ, ਆਜੋ ਬਾਪੂ ਜੀ ਤੁਸੀਂ ਪਿੱਛੇ ਨੂੰ ਆਜੋ, ਸਾਰੇ ਆਜੋ ਜੀ, ਸਾਰੇ ਇੱਥੇ ਆਜੋ ਆਜੋ। ਮੈਂ ਸਾਰੇ ਨੂੰ ਦੱਸਣਾ ਚਾਹੁੰਦੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਜਮ੍ਹਾਂ ਹੋਏ ਆ। ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਇਹ ਬਿਲਕੁਲ ਨੈਚੁਰਲ ਪ੍ਰੋਗਰਾਮ ਚੱਲ ਰਿਹਾ। ਵਿਊਰਸ ਨੂੰ ਪਤਾ ਕਿ ਅੰਦੋਲਨ ਦੇ ਵਿੱਚ ਕੀ ਕੁਛ ਨਹੀਂ ਹੁੰਦਾ, ਤੇ ਜੋ ਇੱਥੇ ਨਜ਼ਾਰਾ ਰਿਐਲਿਟੀ ਹੈਗੀ ਉਹੀ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਰੁਪਿੰਦਰ ਜੀ, ਜੋ ਯੂਥ ਇੱਥੇ ਜੁੜ ਰਿਹਾ ਤੇ ਆਉਣ ਵਾਲੇ ਸਮੇਂ ਦੇ, ਖਾਸ ਕਰਕੇ 26 ਜਨਵਰੀ ਦੇ ਵਿੱਚ ਵੱਡੇ ਲੈਵਲ ਤੇ ਮੋਬਿਲਾਈਜ਼ ਹੋ ਰਿਹਾ ਜੁੜਨ ਲਈ, ਉਹ ਬਿਲਕੁਲ ਆਪਣੇ ਲੀਡਰਸ, ਆਪਣੇ ਸਿਆਣੇ ਬਜ਼ੁਰਗਾਂ ਦੇ ਪਿੱਛੇ ਖੜੇ ਹਨ, ਜੋ ਉਹਨਾਂ ਨੂੰ ਉਹਨਾਂ ਦੇ ਵੱਲੋਂ ਡਾਇਰੈਕਸ਼ਨਸ ਜਾਂ ਜੋ ਉਹਨਾਂ ਨੂੰ ਕਿਹਾ ਜਾਏਗਾ ਉਸ ਚੀਜ਼ ਨੂੰ ਉਹ ਫੋਲੋ ਕਰਨਗੇ ਤੁਹਾਡੇ ਖਿਆਲ 'ਚ? ਮੈਂ ਤਾਂ ਇਹੀ ਬੇਨਤੀ ਕਰਦਾ ਵੀ ਜਿਹੜੀਆਂ ਜਥੇਬੰਦੀਆਂ ਨੇ ਉਹ ਬੜੀਆਂ ਸਿਆਣੀਆਂ ਨੇ, ਉਹਨਾਂ ਨੂੰ ਪਤਾ ਹੈ। ਮੈਂ ਕਹਿੰਦਾ ਮੇਰੀ ਜ਼ਿੰਦਗੀ ਦਾ ਪਹਿਲਾਂ ਲੜਾਈ ਹੋਊਗੀ, ਪਹਿਲਾਂ ਘੋਲ ਹੋਊਗਾ, ਪਹਿਲੇ ਧਰਨੇ ਹੋਣਗੇ। ਹਾਂ, ਜਦੋਂ ਅਸੀਂ ਗਏ ਹਾਂ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ, ਤਾਂ ਉਦੋਂ ਵੀ ਅਸੀਂ ਇੱਦਾਂ ਹੀ ਬੈਠਦੇ ਰਹੇ ਹਾਂ, ਉਦੋਂ ਸਾਨੂੰ ਨਿਰਾਸ਼ਾ ਪੱਲੇ ਪਈ। ਅੱਜ ਦੇ ਸਮੇਂ ਦੇ ਵਿੱਚ ਕੀ ਆ, ਜੇ ਆਪਾਂ ਨੂੰ ਜਥੇਬੰਦੀਆਂ ਕਹਿੰਦੀਆਂ ਵੀ ਆਹ ਆਪਾਂ ਕੰਮ ਕਰਨਾ ਹੈ, ਆਪਾਂ ਉਸੇ 'ਤੇ ਕੰਸਨਟ੍ਰੇਟ ਰੱਖੀਏ, ਨਾ ਕਿ ਆਪਾਂ ਆਪਦੇ ਵੱਲੋਂ ਕੋਈ ਫੈਸਲੇ ਲੈ ਕੇ ਜਿਹੜਾ ਮਾਹੌਲ ਨਾ ਖਰਾਬ ਕਰੀਏ, ਆਪ ਮੁਹਾਰੇ ਨਾ ਹੋਈਏ। ਜੇ ਹੁਣ ਆਪਾਂ ਉਹਨਾਂ ਨੂੰ 40 ਨੂੰ ਮੂਹਰੇ ਲਾਇਆ, ਜੇ ਉਹ ਸਾਨੂੰ ਕਹਿੰਦੇ ਆ ਤਾਂ ਠੀਕ ਹੈ, ਅਸੀਂ ਜਾਵਾਂਗੇ, ਠੀਕ ਹੈ। ਜੇ ਉਹ ਨਹੀਂ ਕਹਿੰਦੇ ਵੀ ਆਪਾਂ ਸ਼ਾਂਤਮਈ ਰਹਿਣਾ ਜਾਂ ਬੈਠੋ ਇੱਥੇ, ਤਾਂ ਹੀ ਬੈਠਾਂਗੇ ਜੀ। ਪਰ ਤੁਹਾਨੂੰ ਲੱਗਦਾ ਹੈ ਕਿ ਬਿਲਕੁਲ ਇੱਕ ਤਰ੍ਹਾਂ ਦੀ ਡਿਸਪਲੇ ਸਰਕਾਰ ਨੂੰ ਦਿਖਾਉਣ ਲਈ ਕਿ ਸਾਡੀ ਕਿੰਨੀ ਸ਼ਕਤੀ, ਸਾਡੀ ਸਟਰੈਂਥ, ਸਾਡੇ ਨੰਬਰਸ ਹੈਗੀ, ਇਹ ਜਾਣਨਾ ਚਾਹੀਦਾ ਹੈ? ਬਿਲਕੁਲ, ਸਾਨੂੰ ਇਕੱਠੇ ਹੋਣਾ ਚਾਹੀਦਾ ਇੱਥੇ ਬਹੁਤ ਵੱਡੇ ਪੱਧਰ ਤੇ। ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹਿ ਕੇ ਹਟਿਆ ਵੀ ਜਥੇਬੰਦੀਆਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਵੀ ਕੋਈ ਇਹੋ ਜਿਹਾ ਫੈਸਲਾ ਜਿਹੜਾ 26 ਤਰੀਕ ਲਈ ਲੈਣ, ਵੀ ਗਾਂ ਸਰਕਾਰ ਨਾਲ ਗੱਲ ਕਰਨ ਜਾਂ ਪ੍ਰਸ਼ਾਸਨ ਨਾਲ ਗੱਲ ਕਰਨ। ਜਿਹੜੇ ਨੌਜਵਾਨ ਅੱਜ ਚਾਹੁੰਦੇ ਆ ਵੀ ਆਪਾਂ ਚੱਲੀਏ, ਉਹਨਾਂ ਦਾ ਵੀ ਨਾ ਦਿਲ ਟੁੱਟੇ, ਉਹਨਾਂ ਦਾ ਵੀ ਮਾਣ ਰਹੇ ਜੇ, ਠੀਕ ਹੈ। ਕਿਉਂਕਿ ਅੱਜ ਆਪਾਂ ਸਾਰੇ ਕਹਿੰਦੇ ਹਾਂ ਵੀ ਨੌਜਵਾਨੀ ਸਾਡੇ ਨਾਲ ਤੁਰੀ ਹੋਈ ਆ, ਤਾਂ ਉਹਨਾਂ ਦੇ ਵੀ ਨਿਰਾਸ਼ਾ ਨਾ ਆਵੇ ਵੀ ਇਹੋ ਜਿਹਾ ਪ੍ਰੋਗਰਾਮ ਆਵੇ ਵੀ ਜਿਹਦੇ ਨਾਲ, ਇਹ ਤਾਂ ਸਾਨੂੰ ਐਂ ਕਹੀ ਜਾਂਦੇ ਵੀ ਇਹ ਮਾਰ ਦੇਣਗੇ ਜੀ, ਐਂ ਹੋਜੂਗਾ ਜੀ, ਐਂ ਹੋਜੂਗਾ। ਤੁਸੀਂ ਇੱਕ ਇਹਨਾਂ ਦੀ ਸੋਚ ਤੋਂ ਉਲਟ ਕੰਮ ਕਰੀ ਜੀ, ਬਿਲਕੁਲ ਮੇਰੀ ਰਾਏ ਇਹ ਹੈ। ਰੁਪਿੰਦਰ ਸਿੰਘ ਜਲਾਲ ਜੀ ਕਬੱਡੀ ਦੇ ਵਿੱਚ ਇੱਕ ਤੁਸੀਂ ਕਹਿ ਲਓ ਵੱਡੀ ਹਸਤੀ ਸਾਡੇ ਨਾਲ ਜੁੜ ਰਹੇ ਹਨ। ਟਿਕਰੀ ਬਾਰਡਰ ਇਹਨਾਂ ਦਾ ਜੋ ਰਹਿਣ ਸਹਿਣ ਦਾ ਇਹਨਾਂ ਨੇ ਪੂਰਾ ਬੰਦੋਬਸਤ ਕੀਤਾ, ਉਹਦੇ ਬਾਰੇ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦੀ। ਬਟ ਮੈਂ ਦੱਸਣਾ ਚਾਹੁੰਦੀ ਵਿਊਰਸ ਨੂੰ, 15 ਜਨਵਰੀ ਦੀ ਤਰੀਕ ਹੈਗੀ, ਹੁਣੇ ਹੀ ਬ੍ਰੇਕਿੰਗ ਨਿਊਜ਼ ਨਿਕਲੀ ਹੈ ਕਿ ਕੀ ਇਸ ਅੱਜ ਦੀ ਮੀਟਿੰਗ ਤੋਂ, ਅੱਜ ਦੀ ਬੈਠਕ ਤੋਂ ਕੀ ਅਪਡੇਟਸ ਨਿਕਲੀਆਂ ਨੇ, ਉਹਦੀ ਵੀ ਥੋੜ੍ਹੀ ਜਿਹੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਬਟ ਇੱਥੇ ਸਾਡੇ ਨਾਲ ਸਿਰਫ ਇਹੀ ਕਹਿਣਾ ਬਣਦਾ ਹੈ ਕਿ ਜਿੱਥੇ ਭਾਵੇਂ ਇਹ ਕਿਸਾਨ ਜੋ ਇੱਥੇ ਮੋਰਚੇ ਵਿੱਚ ਮੌਜੂਦ ਹਨ, ਉਹਨਾਂ ਦੇ ਸਪੋਰਟਰ, ਯੂਥ, ਸਾਡੇ ਸਿਆਣੇ ਬਜ਼ੁਰਗ ਜਾਂ ਜੋ ਸਾਡੇ ਜਥੇਬੰਦੀਆਂ, ਸਾਡੇ ਆਗੂ ਹਨ ਜਾਂ ਸਰਕਾਰ ਵੱਲੋਂ ਜੋ ਵੀ ਅੱਜ ਡਿਸਾਈਡ ਹੋਇਆ, ਉਹਦੇ ਵਿੱਚ 26 ਜਨਵਰੀ ਨੂੰ ਲੈ ਕੇ ਇੰਨੀ ਕੋਈ ਵੱਡੀ ਅਪਡੇਟ ਨਹੀਂ ਹੋਈ, ਅਤੇ 26 ਜਨਵਰੀ ਹਲੇ ਵੀ ਇੱਕ ਇਹੋ ਜਿਹੀ ਤਰੀਕ ਹੈਗੀ ਕਿ ਦੇਖਣ ਨੂੰ ਸਾਨੂੰ ਪੈਣਾ ਹੈ ਕਿ ਕਿਸ ਤਰ੍ਹਾਂ ਇਹ ਚੀਜ਼ ਡਿਵੈਲਪ ਹੁੰਦੀ ਹੈ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਤੁਸੀਂ ਕਿੱਥੇ ਨਾ ਜਾਓ, ਗੱਲ ਇਸ ਤਰ੍ਹਾਂ ਜਾਰੀ ਰਹੇਗੀ ਬ੍ਰੇਕ ਤੋਂ ਬਾਅਦ। ਰੁਪਿੰਦਰ ਸਿੰਘ ਜਲਾਲ ਜੀ ਕਬੱਡੀ ਦੇ ਵੱਡੇ ਹਸਤੀ ਸਾਡੇ ਨਾਲ ਗੱਲ ਕਰ ਰਹੇ ਹੈ, ਇਹਨਾਂ ਦਾ ਇਸ ਮੋਰਚੇ ਦੇ ਵਿੱਚ ਸ਼ੁਰੂਆਤ ਤੋਂ ਹੀ ਤੁਸੀਂ ਕਹਿ ਲਓ ਪ੍ਰੈਜੈਂਟ ਸੀਗੀ, ਇਹਨਾਂ ਦਾ ਪਰਿਵਾਰ ਇੱਥੇ ਪਹੁੰਚਿਆ ਹੋਇਆ, ਇਹਨਾਂ ਦੇ ਮਾਂ ਪਿਓ ਦੇ ਨਾਲ ਮੈਂ ਹੁਣੇ ਮਿਲ ਕੇ ਹਟੀ ਹਾਂ, ਇਹਨਾਂ ਦੇ ਜੋ ਛੋਟੇ 6 ਸਾਲ ਦੇ ਬੱਚੇ ਉਹ ਵੀ ਇੱਥੇ ਸੀਗੇ ਵਾਈਫ ਦੇ ਨਾਲ। ਸੋ ਯੂ ਨੋ ਇਹ ਮੋਰਚਾ ਭਾਵੇਂ ਕੋਈ ਵੱਖਰੀ ਮੀਡੀਆ ਤੁਹਾਨੂੰ ਕਿਸੇ ਤਰ੍ਹਾਂ ਦਿਖਾ ਰਿਹਾ ਹੈ, ਮੈਂ ਤੁਹਾਨੂੰ ਆਪਣੀ ਅੱਖੋਂ ਜੋ ਚੀਜ਼ਾਂ ਦੇਖ ਰਹੀ ਹਾਂ ਤੁਹਾਨੂੰ ਦੱਸਣਾ ਚਾਹੁੰਦੀ। ਇੱਥੇ ਗਰਾਊਂਡ 'ਤੇ ਜੋ ਯੂਥ ਹੈ, ਨਾ ਕਿ ਉਹ ਅਹਿੰਸਾ ਨੂੰ ਅਪਣਾ ਰਿਹਾ, ਨਾ ਕਿ ਉਹ ਕਹਿ ਰਿਹਾ ਕਿ ਜੀ ਜੋਸ਼ ਵਿੱਚ ਆਪਾਂ ਕੁਛ ਵੀ ਕਰਨਾ ਹੈ, ਉਹ ਆਪਣੇ ਆਗੂਆਂ ਨੂੰ ਸੁਣ ਰਹੇ ਹੈ, ਉਹਨਾਂ ਦਾ ਕਹਿਣਾ ਮੰਨ ਰਿਹਾ ਅਤੇ ਡਿਸਿਪਲਿਨ ਵਿੱਚ ਇੱਥੇ ਇਕੱਠੇ ਹੋ ਰਿਹਾ। ਰੁਪਿੰਦਰ ਜੀ, 26 ਜਨਵਰੀ ਨੂੰ ਲੈ ਕੇ ਇੱਕ ਬਹੁਤ ਵੱਡੇ ਲੈਵਲ 'ਤੇ ਕਨਵਰਸੇਸ਼ਨ ਚੱਲ ਰਹੀ ਹੈ, ਅੱਜ ਵੀ ਕਿਸਾਨ ਆਗੂਆਂ ਅਤੇ ਸਰਕਾਰ ਦੇ ਨਾਲ ਜੋ ਮੀਟਿੰਗਸ ਰਹੀਆਂ ਹਨ ਉਹਦੇ ਵਿੱਚ ਕੋਈ ਵੱਡੀ ਇਸ ਚੀਜ਼ ਨੂੰ ਲੈ ਕੇ ਅਪਡੇਟ ਨਹੀਂ ਸਾਨੂੰ ਸੁਣਨ ਨੂੰ ਮਿਲੀ,
बट रीसेंटली भावें वह राजोवाल जी का जो बयान होया या जो सानू यह सुनने मिल रहा है कि ट्रैक्टर लैके उन्होंने मॉडिफिकेशन इदा दी जा रही ताकि उन्होंने मतलब एक किस्म का यू नो बैरियर तोड़ने तैयार किया जा रहा है, ये बारे तुम कि कह सकते हो? एक पहला वायरल हुई कोई जिहड़ी फोटो वायरल हुई सी हॉलैंड ट्रैक्टर दी, ओ बाहर दी कंट्री दा जाला जा इदा लग्या है ना, इदा जे इदा दी शेप जी हां जी हां जी आपां नूं की पता भी ओ अपने किने बनाया हो, हो सकदा भी ओ एजेंसियां दी चाल होवे भी एक वारी सोशल मीडिया ते पाओ अपनी वायरल हुई आदत होंदी है ना अपनी पंजाबियों की खास करके भी जेहड़ी चीज आ गई आपां ओहदे पिछे लग जाना हुंदा। मान लो मैं पहला भी एक उदाहरण दे के हटिया भी जे हुण आपां दरख्त लाउण लग गए ना बूटे लाउण लग गए तो फिर असि ए नहीं पता भी हजारां लखां बूटे ला दिए समझ गए ते ओ हुण वायरल हो गई। साडे बंदयां ने की कीता साडे बंदे जगाड़ फिट करन लग गए ओ आपदे मनसूबे च हो गए ना कामयाब एजेंसियां जां सरकार हो गईआं ना बिलकुल की चीज चाहुंदी आ एजेंसियां सरकार की चाहुंदी आ भी इत्थे वायलेंस होवे इत्थे माड़ा मोटा टकराव होवे दो चार बंदे मारांगे सारे पिंडां नूं चले जाणगे ओ किवें ਪਿੱਛੋਂ ਫੋਨ ਆਉਣ ਲੱਗ ਜਾਣੇ ਮਾਵਾਂ ਦੇ ਵੀ ਆ ਜਾਓ ਸਾਨੂੰ ਨੀ ਲੋੜ ਇਹੋ ਜਿਹੀਆਂ ਜ਼ਮੀਨਾਂ ਦੀ ਸਾਨੂੰ ਨੀ ਲੋੜ ਇਹੋ ਜਿਹੇ ਅੰਦੋਲਨਾਂ ਦੀ ਵੀ ਤੁਸੀਂ ਘਰੇ ਆ ਜਾਓ ਸਾਨੂੰ ਤੁਸੀਂ ਚਾਹੀਦੇ ਆ ਕੋਈ ਨੀ ਜਿੱਦੇ ਜ਼ਮੀਨਾਂ ਜਾਣਗੀਆਂ ਉੱਥੇ ਦੇਖਾਂਗੇ। ਜਿੱਦਣ ਜੇ 26 ਜਨਵਰੀ ਨੂੰ ਕੋਈ ਟਕਰਾਅ ਹੋ ਗਿਆ ਜ਼ਿੰਮੇਵਾਰ ਕੌਣ ਆ ਉਹਦਾ ਜੇ ਕਿਸੇ ਦਾ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਆ? ਲੋਕਾਂ ਨੇ ਤਾਂ ਕਹਿ ਦੇਣਾ ਜਥੇਬੰਦੀਆਂ ਵਾਲਿਆਂ ਨੇ ਮੁੰਡੇ ਮਰਵਾ ਲਏ ਠੀਕ ਹੈ ਸਾਰੀਆਂ ਜਥੇਬੰਦੀਆਂ ਨੂੰ ਕਸੂਰਵਾਰ ਠਹਿਰਾ ਦੇਣਾ ਹਾਲਾਂਕਿ ਜਥੇਬੰਦੀਆਂ ਦਾ ਇਹ ਬਿਆਨ ਨੀਗਾ ਵੀ ਆਪਾਂ 26 ਨੂੰ ਘੇਰਾਂਗੇ ਦਿੱਲੀ ਜਾਂ ਕਿੱਦਾਂ ਵੀ ਜੋ ਵੀ ਹੋਊਗਾ ਹਨਾ। ਸੋ ਇਹ ਇੱਕ ਮਨਸੂਬੇ ਦੇ ਵਿੱਚ ਕਾਮਯਾਬ ਕਿਤੇ ਨਾ ਕਿਤੇ ਜਿਹੜੀ ਸਰਕਾਰ ਆ ਸਰ ਜਿਹੜੇ ਟਰੈਕਟਰਾਂ ਵਾਲਾ ਜਗਾੜ ਫਿੱਟ ਆ ਸਾਡਾ ਵਾਰ ਵਾਰ ਦੱਸਣ ਦਾ ਕਾਰਨ ਇਹੀ ਹੈ ਜਿਵੇਂ ਤੁਸੀਂ ਰਾਜੋਵਾਲ ਸਾਹਿਬ ਦੀ ਗੱਲ ਕੀਤੀ ਆ ਉਹਨਾਂ ਨੇ ਬਿਆਨ ਦਿੱਤਾ ਇੱਕ ਮਹਾਂ ਸੰਗਠਨ ਹੈ ਠੀਕ ਹੈ ਮੰਨ ਲਓ ਵੀ 30 ਜਿਹੜੀਆਂ ਜਥੇਬੰਦੀਆਂ ਇੱਕ ਥਾਂ 'ਤੇ ਕੰਮ ਕਰਦੀਆਂ ਔਰ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਇੱਕ ਥੜਿਆ ਕੰਮ ਕਰਦੀ ਆ ਉਹ ਤੁਸੀਂ ਸਾਰਾ ਦੇਖ ਹੀ ਲਿਆ ਇਹਨਾਂ ਲੋਕਾਂ 'ਤੇ ਜ਼ਿੰਮੇਵਾਰੀ ਹੈ ਇਹ ਪਰਿਵਾਰਾਂ 'ਚੋਂ ਪੁੱਤ ਲੈ ਕੇ ਆਏ ਆ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਉਲਾਂਭਾ ਨਹੀਂ ਖੱਟਣਾ ਕਿਸੇ ਦੀ ਉਮਰ 70 ਸਾਲ ਹੈ ਕਿਸੇ ਦੀ ਉਮਰ 65 ਸਾਲ ਹੈ ਕਿਸੇ ਦੀ ਉਮਰ ਆਪਾਂ ਕਹਿ ਦਈਏ ਵੀ ਕਿੰਨੀ ਹੈ ਬਜ਼ੁਰਗ ਨੇ ਤੇ ਬੁੱਢੇ ਮਾਰੇ ਵੀ ਕੋਈ ਆ ਕੇ ਆਪਦੇ ਸਿਰ ਤੇ ਕਲੰਕ ਚਾਹੁੰਦਾ ਵੀ ਮੇਰੇ ਸਿਰ ਤੇ ਮੂੰਹ ਕਾਲਸ ਹੋਵੇ ਮੇਰੀ ਨਹੀਂ ਇਹ ਕਦੇ ਵੀ ਕੋਈ ਵੀ ਨਹੀਂ ਚਾਹੁੰਦਾ ਠੀਕ ਹੈ ਅੰਦੋਲਨ ਕਰਨ ਆਏ ਆ ਅੰਦੋਲਨ ਦੇ ਕਈ ਰੂਪ ਹੁੰਦੇ ਆ ਕੋਈ ਲੜਾਈ ਵਾਲਾ ਹੁੰਦਾ ਕੋਈ ਕਿੱਦਾਂ ਹੁੰਦਾ ਕੋਈ ਕੱਪੜੇ ਲਾ ਕੇ ਅੰਦੋਲਨ ਕਰਦੇ ਆ ਹਨਾ ਆਪਦਾ ਰੋਸ ਦਿਖਾਉਂਦੇ ਆ ਕੋਈ ਆਪਦੇ ਮੰਨ ਲਓ ਵੀ ਇੱਥੇ ਲਿਖ ਕੇ ਆਪਾਂ ਸ਼ਾਂਤਮਈ ਬੈਠੇ ਆ ਕੋਈ ਭੁੱਖੇ ਰਹਿ ਕੇ ਇਹ ਪਹਿਲਾ ਅੰਦੋਲਨ ਆ ਜਿਹੜਾ ਰੱਜ ਕੇ ਕਰ ਰਹੇ ਆ ਆਪਾਂ ਹਨਾ ਪ੍ਰਸ਼ਾਦੇ ਪਾਣੀ ਪੰਜਾਬੀਆਂ ਦਾ ਸਟਾਈਲ ਹੁੰਦਾ ਸਟਾਈਲ ਹੈ ਸੋ ਐਨਰਜੀ ਆ ਸਾਡੇ ਦੇ ਵਿੱਚ ਸੋ ਮੈਂ ਤਾਂ ਵਾਰ ਵਾਰ ਇਹੀ ਬੇਨਤੀ ਕਰਦਾ ਵੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਆ ਜਾਨਾਂ ਦੀ ਜ਼ਿੰਮੇਵਾਰੀ ਹੈ ਸਭ ਤੋਂ ਵੱਡੀ ਗੱਲ ਇੱਕ ਤਾਂ ਚੀਜ਼ ਹੈ ਮੰਨ ਲਓ ਆ ਕੁਰਸੀ ਹੈ ਜਾਂ ਕੈਂਚੀ ਹੈ ਮੰਨ ਲਓ ਇਹਦੀ ਜ਼ਿੰਮੇਵਾਰੀ ਮੈਨੂੰ ਇਹਨੂੰ ਮੈਂ ਸਾਂਭ ਕੇ ਵੀ ਰੱਖ ਲੂੰਗਾ ਵੀ ਕਿਸੇ ਲੋਕ 'ਚ ਪਾ ਦੂੰਗਾ ਇਹ ਵਿਅਕਤੀ ਲੋਕਾਂ ਦੀ ਜ਼ਿੰਮੇਵਾਰੀ ਹੈ ਇਹ ਜਾਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਇਸ ਗੱਲ ਦੀ ਟੈਨਸ਼ਨ ਹੈ ਉਹਨਾਂ ਨੂੰ ਦਿਨ ਰਾਤ ਨੀਂਦ ਨਹੀਂ ਆਉਂਦੀ ਸਾਡੇ ਕੋਲ ਆਹ ਇਕੱਲਾ ਮੋਦੀ ਖਾਨਾ ਟਿੰਕਰੀ ਬਾਰਡਰ ਤੇ ਠੀਕ ਹੈ ਅਸੀਂ ਇੱਥੇ ਮੰਨ ਲਓ ਲੋਕਾਂ ਨੂੰ ਦੁੱਧ ਸਰਵਾਈਵ ਕਰਾਉਣਾ ਹੁੰਦਾ ਪਾਣੀ ਜਾਂ ਹੋਰ ਜਿਹੜੀਆਂ ਲੋੜੀ ਦੀਆਂ ਵਸਤਾਂ ਤੁਹਾਨੂੰ ਦਿਖਾਵਾਂਗੇ ਵੀ ਬਾਅਦ ਚੋਂ ਸਾਨੂੰ ਟੈਨਸ਼ਨ ਲੱਗੀ ਰਹਿੰਦੀ ਹੈ ਯਾਰ ਵੀ ਕਿਵੇਂ ਕਰਾਂਗੇ ਉਹ ਲੋਕ ਤਾਂ ਇੱਥੇ ਲੱਖਾਂ ਲੋਕਾਂ ਨੂੰ ਮਗਰ ਲਾ ਕੇ ਆਏ ਹੋਏ ਆ ਵੀ ਆ ਜਾਓ ਆਪਾਂ ਬਿੱਲ ਰੱਦ ਕਰਾਉਂਦੇ ਹਾਂ ਉਹਨਾਂ ਨੇ ਕੋਈ ਲਾਂਭਾ ਥੋੜਾ ਕੱਟਣਾ ਜੇ ਅੱਜ ਕਿਸੇ ਨੂੰ ਉਹਨਾਂ ਦੀ ਗੱਲ ਨਹੀਂ ਵੀ ਵਧੀਆ ਲੱਗਦੀ ਚਲੋ ਉਹ ਵੀ ਗੱਲ ਭਾਈ ਠੀਕ ਹੈ ਠੀਕ ਹੈ ਵੀ ਉਹ ਤਾਂ ਇਹ ਕਹਿੰਦੇ ਨੇ ਵੀ ਜਿੱਤੀਏ ਵੀ ਤੇ ਆਪਣਾ ਨੁਕਸਾਨ ਵੀ ਨਾ ਹੋਵੇ ਇਹ 'ਚ ਹੁਣ ਕੋਈ ਗੱਲ ਮਾੜੀ ਤਾਂ ਨਹੀਂ ਨਾ ਹੁਣ ਵੀ ਇੱਕ ਪਾਸੇ ਆਪਾਂ ਆਪਦਾ ਨੁਕਸਾਨ ਵੀ ਕਰਾ ਲਈਏ ਮੁੰਡੇ ਵੀ ਮਰਵਾ ਲਈਏ ਆਪਦੇ ਬਜ਼ੁਰਗ ਤਾਂ ਜਾਣੋ ਰਹੇ ਹੁਣ ਮੂਹਰੇ ਠੀਕ ਹੈ ਤੇ ਜਿੱਤ ਕੇ ਵੀ ਨਾ ਜਾਈਏ 26 ਨੂੰ ਇੱਥੇ ਟਕਰਾਅ ਹੋ ਗਿਆ ਅੰਦੋਲਨ ਖਤਮ ਹੋ ਜੂਗਾ ਫਿਰ ਕਿਹਦੇ ਬਾਰ 'ਚ ਬਹਿ ਕੇ ਧਰਨਾ ਲਾਵਾਂਗੇ ਆਪਾਂ ਨਹੀਂ ਲਾ ਸਕਦੇ ਨਾ ਆਪਾਂ ਫਿਰ ਤਾਂ ਖਤਮ ਆ ਕਹਾਣੀ ਸੋ ਇਸ ਕਰਕੇ ਵਾਰ ਵਾਰ ਬੇਨਤੀ ਹੈ ਲਾਮਬੰਦੀ ਦੀ ਬਹੁਤ ਜ਼ਰੂਰਤ ਹੈ ਲਾਮਬੰਦੀ ਦੀ ਜਿਸ ਦਿਨ ਫੈਸਲਾ ਜਿੰਨਾ ਟਾਈਮ ਫੈਸਲਾ ਨਹੀਂ ਹੁੰਦਾ ਫੈਸਲਾ ਆਉਣ ਤੋਂ ਮੈਂ ਕਹਿੰਦਾ ਵੀ ਘੰਟਾ ਪਹਿਲਾਂ ਤੱਕ ਵੀ ਲਾਮਬੰਦੀ ਦੀ ਇੱਥੇ ਜ਼ਰੂਰਤ ਹੈ ਵੀ ਵੱਧ ਤੋਂ ਵੱਧ ਲੋਕ ਆਉਣ ਆਪਦੇ ਪਰਿਵਾਰਾਂ ਨੂੰ ਲੈ ਕੇ ਆਉਣ ਜੇ ਕੋਈ ਪਰਿਵਾਰ ਨੂੰ ਲੈ ਕੇ ਆਉਣਾ ਚਾਹੁੰਦਾ ਸਪੈਸ਼ਲੀ ਠੀਕਰੀ ਬਾਰਡਰ ਤੇ ਅਸੀਂ ਬੈਠੇ ਹਾਂ ਠੀਕ ਹੈ ਵੀ ਆਪਾਂ ਉਹਨਾਂ ਦਾ ਸਾਰਾ ਰਹਿਣ ਬਹਿਣ ਪੈਣ ਦਾ ਪ੍ਰਬੰਧ ਕਰਾਂਗੇ ਪਰ ਜਿਹੜੇ ਫੈਸਲੇ ਆਪਾਂ ਆਪ ਮਹਾਰੇ ਨਾ ਹੋਈਏ ਇਹ ਜਥੇਬੰਦੀਆਂ ਨੂੰ ਕਰਨ ਦਈਏ ਕਿਉਂਕਿ ਜ਼ਿੰਮੇਵਾਰੀ ਹੁਣ ਇਹ ਜਾਨਾਂ ਦੀ ਹੈ ਜ਼ਮੀਰਾਂ ਆਪਾਂ ਆਪਦੀਆਂ ਪਹਿਚਾਣ ਕੇ ਹਰ ਇੱਕ ਬੰਦਾ ਦਲੇਰ ਹੈ ਹੁਣ ਕਈ ਬੰਦੇ ਐਂ ਵੀ ਮੈਨੂੰ ਵੀ ਕਹਿ ਦੇਣਗੇ ਡਰ ਗਿਆ ਮੋਕ ਮਾਰ ਗਿਆ ਜਾਂ ਇਹ ਭੱਜ ਗਿਆ ਹਨਾ ਇਹ ਚੀਜ਼ ਤੋਂ ਵੀ ਜਾਣਾ ਚਾਹੀਦਾ ਸੀ ਠੀਕ ਹੈ ਹਰ ਇੱਕ ਦੀ ਦਲੇਰੀ ਦਾ ਸਤਿਕਾਰ ਹੈ ਪਰ ਦਲੇਰੀ ਨੂੰ ਕਹਿੰਦੇ ਹੁੰਦੇ ਸਮੇਂ ਤੇ ਵਰਤਣਾ ਚਾਹੀਦਾ ਇਹ ਥੋੜਾ ਵੀ ਐਵੇਂ ਹਾਂ ਵੀ ਐਵੇਂ ਆਪਾਂ
ਦਲੇਰ ਹੋਣ ਦੇ ਸਰਟੀਫਿਕੇਟ ਦੇਈ ਜਾਈਏ ਵੀ ਅਸੀਂ ਸੋਰੀ ਦਲੇਰ ਹੋਣ ਦੀਆਂ ਆਪਾਂ ਉਦਾਹਰਣਾਂ ਦਈਏ ਵੀ ਦਲੇਰ ਵਾਲੇ ਆ ਦਲੇਰ ਵਾਲੇ ਆ ਆਪਣੇ ਕੋਲੇ ਕੀ ਹੈ ਜੀ ਆਪਣੇ ਕੋਲੇ ਤਾਂ ਡਾਂਗ ਹੈ ਉਹਦੇ ਵਿੱਚ ਝੰਡਾ ਅਗਲਿਆਂ ਕੋਲੇ ਪਤਾ ਕਿੱਡੀ ਪਾਵਰ ਹੈ ਉਹਨਾਂ ਕੋਲੇ ਰਫਲਾਂ ਵੀ ਹੈ ਉਹਨਾਂ ਕੋਲੇ ਪਾਣੀ ਦੀਆਂ ਵਿਛਾੜਾਂ ਵੀ ਹੈ ਉਹਨਾਂ ਕੋਲੇ ਮੈਂ ਕਹਿੰਦਾ ਵੀ ਹੋਰ ਪਤਾ ਨਹੀਂ ਕੀ ਕੁਛ ਹੈ ਆਪਣਾ ਉਹਨਾਂ ਨਾਲ ਕੀ ਮੁਕਾਬਲਾ ਹੈ ਅਸੀਂ ਤਾਂ ਇੱਕ ਸ਼ਾਂਤਮਈ ਰਹਿ ਕੇ ਉਹ ਕਰ ਸਕਦੇ ਹਾਂ ਇੰਨੇ ਬੰਦੇ ਖੜੇ ਆ ਕਿਹੜਾ ਕਿਹੜਾ ਬੰਦਾ ਚਾਹੁੰਦਾ ਇੱਥੇ ਦੱਸਿਓ ਵੀ 26 ਤਰੀਕ ਨੂੰ ਟਕਰਾਅ ਹੋਵੇ ਕੋਈ ਨਹੀਂ ਤੇ ਕਿਹੜੇ ਕਿਹੜੇ ਚਾਹੁੰਦੇ ਹੱਥ ਕਿਹੜਾ ਕਰਕੇ ਦੱਸਿਓ ਵੀ ਸ਼ਾਂਤਮਈ ਰਹਿਣਾ ਅਸੀਂ ਸ਼ਾਂਤਮਈ ਰਹਿਣਾ ਨਾ ਅਸੀਂ ਸੋ ਅਸੀਂ ਸ਼ਾਂਤਮਈ ਦਾ ਹੋਕਾ ਦੇਣਾ ਜਿੱਤ ਕੇ ਜ਼ਰੂਰ ਨਿਕਲਾਂਗੇ ਜਥੇਬੰਦੀਆਂ ਕਹਿੰਦੀਆਂ ਚਾਚਾ ਅਜੀਤ ਸਿੰਘ ਜੀ ਦਾ ਕਹਿੰਦੇ ਜਿਹੜਾ ਮਾਲਾ ਦੱਸਦਾ ਨਾ ਸਾਰਾ ਹਿਸਟਰੀ 9 ਮਹੀਨੇ ਚੱਲਿਆ ਸੀਗਾ ਉਹ ਸੰਘਰਸ਼ ਕੋਲ ਆਪਾਂ ਨੂੰ ਮਹੀਨੇ ਹੀ 2 ਹੋਏ ਆ ਸਬਰ ਨਾ ਬੈਠੋ ਯਾਰ ਜੇ ਆਪਾਂ ਨੂੰ ਦੇਖੋ ਆਪਾਂ ਨੂੰ ਕਿਸੇ ਗੱਲ ਦੀ ਇੱਥੇ ਕਮੀ ਆਉਂਦੀ ਹੋਵੇ ਵੀ ਖਾਣ ਪੀਣ ਦੀ ਕਮੀ ਆ ਜੇ ਆ ਉਹ ਆ ਠੀਕ ਹੈ ਇਹ ਚੱਲੀ ਜਾਣਾ ਲੰਮਾ ਜੇ ਕਿਸੇ ਨੇ ਭਾਈ ਕੰਮ ਧੰਦਾ ਕਰਨਾ ਹੁੰਦਾ ਉਹ ਵੀ ਕਰਿਆ ਕਰੋ ਪਰ ਆਪਾਂ ਨਾ ਇੱਥੋਂ ਇੱਕ ਵੱਖਰੀ ਮਿਸਾਲ ਦਈਏ ਇੱਥੇ ਕੋਈ ਟਕਰਾਅ ਹੁੰਦਾ ਹੈ ਇਹਨਾਂ ਕੋਲੇ ਤਾਂ ਇਹਨਾਂ ਨੂੰ ਤਾਂ ਮੰਨ ਲਓ ਉੱਥੇ ਟਕਰਾਅ ਹੋ ਗਿਆ 50 ਬੰਦੇ ਇਹਨਾਂ ਨੇ ਆਪਦੇ ਛੱਡਤੇ ਉਹਦੇ ਵਿੱਚ ਪਿਸਟਲਾਂ ਵਾਲੇ ਜਾਂ ਆਪਣਾ ਰਫਲਾਂ ਵਾਲੇ ਆਪਸ ਵਿੱਚ ਗੋਲੀ ਚੱਲ ਪਈ ਠੀਕ ਹੈ ਉਹਨਾਂ ਨੇ ਤਾਂ ਗੋਲੀ ਚਲਾ ਕੇ ਪਾਸੇ ਹਟ ਜਾਣਾ ਮਰੂਗਾ ਕੌਣ ਸਾਡੇ ਬੰਦੇ ਮਰਨਗੇ ਨਾ ਤੇ ਫਿਰ ਉਹ ਮਾਹੌਲ ਉਹ ਜਿਹਾ ਸਰਕਾਰ ਬਣਾ ਰਹੀ ਹੈ ਸੋ ਕੋਈ ਇਹੋ ਜਿਹੀ ਗੱਲ ਨਹੀਂ ਜਥੇਬੰਦੀਆਂ ਜੋ ਵੀ ਕਹਿਣਗੀਆਂ ਆਪਾਂ ਉਹਨਾਂ ਦੇ ਨਾਲ ਸਾਰਿਆਂ ਨੂੰ ਬੇਨਤੀ ਵੀ ਕਰਦੇ ਹਾਂ ਵੀ ਪਿੱਛੋਂ ਵੀ ਸਪੋਰਟ ਜਾਣੀ ਕਿ ਜਿਹੜੀ ਆਪਾਂ ਜਿਹੜੀ ਆਪਾਂ ਸ਼ਾਂਤਮਈ ਦੀ ਦੇਈਏ ਸਾਰਿਆਂ ਨੂੰ ਸਾਰੇ ਸੁਨੇਹਾ ਸ਼ਾਂਤਮਈ ਦਾ ਇਹ ਤਾਂ ਚਲੋ 26 ਜਨਵਰੀ ਦਾ ਤੁਸੀਂ ਕਹਿਤਾ ਕਿ ਤੁਹਾਡੇ ਵੱਲੋਂ ਜੋ ਤੁਸੀਂ ਇੱਥੇ ਜਥੇਬੰਦੀਆਂ ਤੁਹਾਡੇ ਨਾਲ ਜੁੜੇ ਹੋਏ ਸਾਰੇ ਨੇ ਸਾਡੇ ਵੀਰ ਸਾਡੇ ਬਜ਼ੁਰਗ ਮਾਵਾਂ ਧੀਆਂ ਹਨ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਤੁਸੀਂ ਸ਼ਾਂਤਮਈ ਰਹੋ ਬਹੁਤ ਵਧੀਆ ਗੱਲ ਹੈ ਬਟ ਜਿੱਦਾਂ ਇਹ ਵਾਰ ਵਾਰ ਬੈਠਕ ਹੋ ਰਹੀ ਹੈ ਸਰਕਾਰ ਅਤੇ ਕਿਸਾਨ ਆਗੂਆਂ ਦੇ ਨਾਲ ਅੱਜ ਵੀ ਹੋ ਹਟੀ ਹੈ ਉਹਦੇ ਵਿੱਚ ਕੋਈ ਵੱਡੇ ਲੈਵਲ 'ਤੇ ਸਾਨੂੰ ਇੰਨਾ ਕੋਈ ਵੱਡਾ ਪ੍ਰੋਗਰੈਸ ਨਹੀਂ ਸੁਣਨ ਨੂੰ ਮਿਲ ਰਿਹਾ ਅੱਜ ਦੀ ਅਨਾਊਂਸਮੈਂਟ ਬਾਰੇ ਜਾਣਕਾਰੀ ਤੁਸੀਂ ਸਾਡੇ ਨਿਊਜ਼ ਪ੍ਰੋਗਰਾਮ ਵਿੱਚ ਦੇਖੀ ਹੋਣੀ ਹੈ ਬਟ ਇਸ ਚੀਜ਼ ਨੂੰ ਲੈ ਕੇ ਕੋਈ ਫਰਸਟ੍ਰੇਸ਼ਨ ਇੱਦਾਂ ਨਹੀਂ ਫੀਲ ਹੁੰਦੀ ਕਿ ਯਾਰ ਇਹ ਗੱਲ ਅੱਗੇ ਵੱਧ ਕਿਉਂ ਨਹੀਂ ਰਹੀ ਕੋਈ ਗੱਲ ਨੋ ਪ੍ਰੋਬਲਮ ਜੇ ਆਪਣੇ 'ਚ ਫਰਸਟ੍ਰੇਸ਼ਨ ਆ ਗਈ ਜੇ ਅਸੀਂ ਅੱਕ ਗਏ ਫਿਰ ਤਾਂ ਅਸੀਂ ਖਤਮ ਹੋ ਗਏ ਉਹ ਤਾਂ ਅਸੀਂ ਖਤਮ ਹੋਣ ਤਾਂ ਅਸੀਂ ਆਏ ਨਹੀਂ ਮੀਟਿੰਗਾਂ 9 ਹੋ ਗਈਆਂ ਮੈਨੂੰ ਤਾਂ ਪਤਾ ਵੀ ਨਹੀਂ ਕਿੰਨੀਆਂ ਮੈਂ ਤਾਂ ਪਹਿਲੇ ਦੱਸ ਦਿੰਦਾ ਉਹਨਾਂ ਵੀ ਅੱਜ ਵਾਲੀ ਮੀਟਿੰਗ ਬੇਸਿੱਟਾਂ ਹੋਊਗੀ ਠੀਕ ਹੈ ਅੱਜ ਵਾਲੀ ਵੀ ਬੇਸਿੱਟਾਂ ਰਹੇਗੀ ਕੋਈ ਚੱਕਰ ਨਹੀਂ ਗਾ ਇਹ ਸਿਰਫ ਸਾਡੇ ਲੋਕਾਂ ਦਾ ਹੌਸਲਾ ਤੋੜਨ ਦੇ ਲਈ ਅਸਲ ਵਿੱਚ ਪਤਾ ਕੀ ਗੱਲ ਹੁੰਦੀ ਹੈ ਜੀ ਸਾਡੇ ਲੋਕ ਕੀ ਆ ਸਾਨੂੰ ਐਂ ਉਮੀਦ ਹੋ ਜਾਂਦੀ ਹੈ ਜਿਵੇਂ ਹੁਣ ਆਪਾਂ ਨੂੰ 26 'ਤੇ ਉਮੀਦ ਹੋਈ ਬੈਠੀ ਆ ਉਸੇ ਤਰ੍ਹਾਂ ਅਸੀਂ ਉਮੀਦ ਜਿਹੜੀ ਆ ਲਾ ਲੈਂਦੇ ਹਾਂ ਮੀਟਿੰਗ 'ਤੇ ਬਈ ਅੱਜ ਕੁਛ ਨਾ ਕੁਛ ਬਣੂਗਾ ਫਿਰ ਅਸੀਂ ਨਿਰਾਸ਼ ਹੋ ਜਾਂਦੇ ਸਾਡੇ 'ਚ ਨਿਰਾਸ਼ਾ ਲਿਆਉਣ ਦੇ ਲਈ ਸਾਨੂੰ ਮੈਂਟਲੀ ਤੌਰ 'ਤੇ ਤੋੜਨ ਦੇ ਲਈ ਇਹ ਵਾਰ ਵਾਰ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਵਾਰ ਵਾਰ ਬੇਸਿੱਟਾਂ ਰਹਿ ਰਹੀਆਂ ਉਹ ਇਹਦਾ ਕਾਰਨ ਇਹੀ ਹੈ ਵੀ ਸਿਰਫ ਇਹਨਾਂ ਨੂੰ ਤੋੜਿਆ ਜਾਵੇ ਖਦੇੜਿਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਹੋਰ ਕੁਛ ਨਹੀਂ ਬਟ ਉਹਦਾ ਕੋਈ ਅਸਰ ਤੁਸੀਂ ਨਹੀਂ ਮਹਿਸੂਸ ਕਰ ਰਹੇ ਜੋ ਤੁਸੀਂ ਸਾਡੇ ਨਾਲ ਸਾਡੇ ਜੁੜੇ ਹੈਗੇ ਇੰਨੇ ਬੰਦੇ ਕਿਸੇ ਨੂੰ ਹੈਗਾ ਵੀ ਜੇ ਕੋਈ ਮੀਟਿੰਗ ਬੇਸ ਸੱਟਾ ਨਿਕਲਦੀ ਅੱਜ ਵਾਲੀ ਬੇਸ ਸੱਟਾ ਨਿਕਲ ਗਈ ਕੋਈ ਹੈਗਾ ਅਸਰ ਤੁਹਾਡੇ ਤੇ ਜਿੰਨਾ ਟਾਈਮ ਸਾਨੂੰ ਜਥੇਬੰਦੀਆਂ ਵਾਲੇ ਕਹਿਣਗੇ ਜੋ ਮਰਜ਼ੀ ਟਾਈਮ ਲੱਗ ਜੇ ਜੀ ਮੈਂ ਕਹਿੰਦਾ ਹੁਣ ਤਾਂ ਆਪਾਂ ਕੰਬਲਾਂ ਦਾ ਪ੍ਰਬੰਧ ਕਰਦੇ ਹਾਂ ਮੈਂ ਡਾਕਟਰ ਸਾਹਿਬ ਨਾਲ ਪਹਿਲਾਂ ਹੱਸੀ ਜਾਂਦਾ ਮੈਂ ਡਾਕਟਰ ਸਾਹਿਬ ਜੇ ਇਹਦੇ ਨਾਲ ਮੈਚ ਆਪਣਾ ਕਸੂਤਾ ਫਸਿਆ ਹੋਇਆ ਆਪਾਂ ਗਾਂਹ ਮੰਨ ਲਾ ਜੇਠਾੜ ਦੇ ਵਿੱਚ ਆਪਾਂ ਏਸੀਆਂ ਉਸੀਆਂ ਦਾ ਵੀ ਕਰਨਾ ਜ਼ਰੂਰ ਲਾਜ਼ਮੀ ਜੇ ਲੰਮਾ ਚੱਲਿਆ ਏਸੀਆਂ ਦਾ ਵੀ ਕਰਕੇ ਦਿਖਾਵਾਂਗੇ 2024 ਤੱਕ ਇਹ ਚੱਲਦਾ ਤਦ ਵੀ ਤੁਸੀਂ ਮੈਂ ਕਹਿੰਦਾ ਜੀ ਸੰਗਤ ਆ ਨਾ ਜਿਹੜੀ ਪਿੱਛੇ ਬੈਠੇ ਆ ਨਾ ਜਿਹੜੇ ਸਾਡੇ ਭਰਾ ਇਹ ਤਾਂ ਉਹਨਾਂ ਨੂੰ ਵੀ ਕਹੀ ਜਾਂਦੇ ਖਾਲਿਸਤਾਨੀਆਂ ਦੀ ਉਹ ਆਉਂਦੀ ਆ ਫੰਡਿੰਗ ਆਉਂਦੀ ਆ ਉਹ ਸਾਡੇ ਭਰਾ ਨੇ ਸਾਡੇ ਪਰਿਵਾਰ ਬਾਹਰ ਗਏ ਆ ਯਾਰ ਸਾਡੇ ਜਵਾਕ ਗਏ ਆ ਉਹ ਭੇਜ ਰਹੇ ਆ ਰੁਪਿੰਦਰ ਜੀ ਤੁਸੀਂ ਖਾਲਿਸਤਾਨ ਦੀ ਗੱਲ ਛੇੜੀਏ ਜ਼ਰੂਰ ਇੱਥੇ ਪੁੱਛਣਾ ਬਣਦਾ ਹੈ ਤੇ ਖਾਲਿਸਤਾਨ ਨੂੰ ਲੈ ਕੇ ਕੀ ਮਾਹੌਲ ਹੈ ਕੋਈ ਖਾਲਿਸਤਾਨ ਦੀ ਭਾਵਨਾ ਇੱਥੇ ਵੇਖਣ ਨੂੰ ਮਿਲ ਰਹੀ ਹੈ ਤੁਸੀਂ ਸਾਡੇ ਵਿਊਅਰਸ ਨੂੰ ਦੱਸੋ ਕਿ ਖਾਲਿਸਤਾਨ ਨੂੰ ਲੈ ਕੇ ਇੱਕ ਮਿੰਟ ਬਈ ਆਪਾਂ ਹੀ ਨਹੀਂ ਆ ਦੱਸੋ ਕੌਣ ਖਾਲਿਸਤਾਨ ਲੈਣ ਆਇਆ ਇੱਥੇ ਕੋਈ ਨਹੀਂ ਅਸੀਂ ਕਿਸਾਨੀ ਮੁੱਦਿਆਂ ਤੇ ਸਾਰੇ ਕਿਸਾਨੀ ਮੁੱਦਿਆਂ ਤੇ ਆਏ ਆ ਠੀਕ ਹੈ 3 ਕਾਲੇ ਕਾਨੂੰਨ ਉਹਨਾਂ ਨੂੰ ਰੱਦ ਕਰਾਉਣ ਆਏ ਆ ਇੱਥੋਂ ਆਪਦਾ ਭਾਈਚਾਰਾ ਵਧਾਉਣ ਆਏ ਆ ਜਿਹੜੀ ਗੱਲ ਖਾਲਿਸਤਾਨ ਦੀ ਆ ਅੱਜ ਇੱਥੇ ਸਾਰੇ ਇਕੱਠੇ ਹੋ ਗਏ ਨਾ ਪਹਿਲੀ ਗੱਲ ਤਾਂ ਇੱਕ ਦੇਸ਼ ਆ ਬਹੁਤ ਰੰਗਾ ਦੇਸ਼ ਆ ਸਾਡੇ ਬੰਦਿਆਂ ਨੇ ਸਾਡੇ ਮੁੰਡਿਆਂ ਨੇ ਜਾਨਾਂ ਦੇ ਕੇ ਦੇਸ਼ ਬਣਾਇਆ ਤਿਰੰਗਾ ਜਿਹੜਾ ਅੱਜ ਝੂਲਦਾ ਪੂਰੀ ਦੁਨੀਆ ਤੇ ਸਰਹੱਦ ਤੇ ਖੜੇ ਹਜੇ ਵੀ ਸਾਡੇ ਸਰਹੱਦ ਤੇ ਖੜੇ ਉਹਨਾਂ ਨੂੰ ਪੁੱਛ ਲਓ ਖਾਲਿਸਤਾਨ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ ਠੀਕ ਹੈ ਇਹ ਇੱਕ ਹਰ ਇੱਕ ਬੰਦੇ ਦੀ ਸੋਚ ਆ ਚਲੋ ਮੈਂ ਜ਼ਿਆਦਾ ਨਹੀਂ ਇਹਦੇ 'ਤੇ ਗੱਲ ਕਰੂੰਗਾ ਠੀਕ ਹੈ ਜਿੱਥੇ ਸਾਰਿਆਂ ਦੀ
ਆਪਾਂ ਕਹਿ ਦਿੰਦੇ ਵੀ ਸਹਿਮਤੀ ਹੋਵੇ। ਇੱਥੇ ਬਿੱਲਾਂ ਤੇ ਸਾਰਿਆਂ ਦੀ ਸਹਿਮਤੀ ਸੀ ਵੀ ਸਾਨੂੰ ਇਹ ਚਾਹੀਦੇ ਨੀ, ਅੱਜ ਸਾਰੇ ਇਕੱਠੇ ਹੋ ਕੇ ਆ ਗਏ ਨਾ। ਜਿੱਦੇ ਜਿਹਨੂੰ ਭਾਈ ਖਾਲਿਸਤਾਨ ਚਾਹੀਦਾ ਹੋ ਤੇ ਸਹਿਮਤ ਹੋ ਕੇ ਸਾਰੇ ਇਕੱਠੇ ਹੋ ਕੇ ਆ ਜਾਓ, ਲੈ ਜਾਓ ਖਾਲਿਸਤਾਨ। ਇਹ ਐ ਥੋੜਾ ਵੀ ਕਿਸੇ ਨੇ ਥਾਲੀ ਚ ਪਰੋਸ ਕੇ ਦੇ ਦੇਣਾ। ਮੌਤਾਂ ਹੋਣਗੀਆਂ ਇੱਥੇ, ਬੰਬ ਚੱਲਣਗੇ ਇੱਥੇ, ਐ ਖਾਲਿਸਤਾਨ ਸੌਖਾ ਨੀ ਮਿਲਦਾ। ਇੱਥੇ ਆਪਾਂ ਕਹਿ ਦਈਏ ਵੀ ਖਾਲਿਸਤਾਨ ਉਹੀ ਮਿਲ ਜੂਗਾ ਵੀ ਇੱਥੇ ਕੋਈ ਐਟਾਂ ਵੀ ਚੱਕ ਕੇ ਫੜਾ ਦੇਣੀ ਇਹ, ਐ ਨੀ ਖਾਲਿਸਤਾਨ ਮਿਲਣਾ। ਠੀਕ ਆ, ਗੱਲਾਂ ਕਰਨੀਆਂ ਬਾਹਰ ਬਹਿ ਕੇ ਜਾਂ ਕਿਤੇ ਵੀ, ਉਹੀ ਪਿੱਛੋਂ ਹੱਲਾਂ ਸ਼ੇਰੀਆਂ ਦੇਈ ਜਾਣੀਆਂ, ਆਹ ਪਾਉਣਾ ਵੀ ਨੀ ਇੱਥੇ ਵੀ ਏਦਾਂ ਕਰ ਦਿਓ ਜੀ, ਐਂ ਚੱਕ ਦਿਓ ਜੀ, ਉਹ ਗਲਤ ਗੱਲ ਆ। ਉਹ ਐਵੇਂ ਨਾ ਲੋਕਾਂ ਦਾ ਧਿਆਨ ਮਸਾਂ ਪੰਜਾਬ ਵਸਿਆ ਦੁਬਾਰਾ, ਫੇਰ 84 ਚ ਬਥੇਰਾ ਕੁਛ ਦੇਖ ਲਿਆ, ਆਪਾਂ ਕਹਿ ਦਈਏ ਬੜੇ ਦੰਗੇ ਹੋ ਗਏ। ਸੀਆਈ ਸਟਾਫ ਜਦੋਂ ਜਾ ਕੇ ਕੁੱਟ ਪੈਂਦੀ ਹੈ ਨਾ, ਉਦੋਂ ਪਤਾ ਲੱਗਦਾ ਕਿਹੜੇ ਹਿਸਾਬ ਨਾਲ ਦੇੜਦੇ ਆ ਬੰਦੇ ਨੂੰ ਉਹ। ਜਿਹੜਾ ਇੱਥੇ ਕੋਈ ਬੰਦਾ ਖੜਾ ਹੋਊਗਾ ਜਿਹਦੀ ਸੀਆਈ ਸਟਾਫ ਦੀ ਕੁੱਟ ਖਾਧੀ ਆ, ਉਹਨੂੰ ਉਹਨੂੰ ਪੁੱਛ ਕੇ ਦੇਖੋ ਵੀ ਕੀ ਇੱਕ ਮਿੰਟ ਹੁੰਦੀ ਹੈ ਗੱਲਬਾਤ ਉੱਥੇ, ਕਿਵੇਂ ਉੱਥੇ ਅਗਲੇ ਨੂੰ ਦੇੜਦੇ ਆ ਸਾਰਾ ਕੁਛ। ਠੀਕ ਆ, ਨੰਗਾ ਕਰ ਕਰਕੇ ਕੁੱਟਦੇ ਅਗਲੇ। ਠੀਕ ਆ, ਐਵੇਂ ਆਪਾਂ ਇੱਥੇ ਬਿਆਨਬਾਜ਼ੀਆਂ ਦੇਈ ਜਾਈਏ, ਸਾਨੂੰ ਖਾਲਿਸਤਾਨ ਚਾਹੀਦਾ, ਸਾਨੂੰ ਭਾਈ ਤਿੰਨੇ ਆ ਬਿੱਲ ਰੱਦ ਚਾਹੀਦੇ, ਹੋਰ ਕੁਛ ਨੀ ਚਾਹੀਦਾ। ਬਸ ਇਹਦੇ ਨਾਲ ਹੀ ਇਸ ਸੈਗਮੈਂਟ ਨੂੰ ਰੈਪ ਅਪ ਕਰਦੇ ਆ। ਗੱਲ ਹੋ ਰਹੀ ਹੈ ਰੁਪਿੰਦਰ ਸਿੰਘ ਜਲਾਲ ਜੀ ਦੇ ਨਾਲ, ਪਹੁੰਚੇ ਆ ਟੀਕਰੀ ਬਾਰਡਰ ਤੇ। ਗੱਲ ਕਰਨ ਨੂੰ ਤਾਂ ਬਹੁਤ ਸਾਰੀ ਚੀਜ਼ਾਂ ਹੈ, ਬਟ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਜਿੱਥੇ ਰਹਿਣ ਸਹਿਣ ਤੇ ਇੱਥੇ ਸੇਵਾਵਾਂ ਦੀ ਗੱਲ ਆਉਂਦੀ ਹੈ, ਕਿਸ ਤਰ੍ਹਾਂ ਇਹ ਆਪਣੀ ਸੇਵਾ ਇੱਥੇ ਪ੍ਰੋਵਾਈਡ ਕਰ ਰਹੇ, ਕਿਸ ਤਰ੍ਹਾਂ ਦੀ ਸਹੂਲਤਾਂ ਇਹਨਾਂ ਨੇ ਇੱਥੇ ਸੈਟਅਪ ਕੀਤੀਆਂ ਹੋਈਆਂ। ਤੇ ਅਗਰ ਤੁਸੀਂ ਆ ਕੇ ਇਸ ਮੋਰਚੇ ਦੇ ਵਿੱਚ ਆਪਣਾ ਹਿੱਸਾ ਦੇਣਾ, ਇੱਥੇ ਆ ਕੇ ਜੁਆਇਨ ਕਰਨਾ, ਕੀ ਕੁਛ ਤੁਸੀਂ ਐਕਸਪੈਕਟ ਕਰ ਸਕਦੇ ਹੋ ਟੀਕਰੀ ਬਾਰਡਰ ਤੇ? ਕਿੱਥੇ ਨਾ ਜਾਓ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰੇ ਦਾ ਸਵਾਗਤ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਪਹੁੰਚਿਆ ਟੀਕਰੀ ਬਾਰਡਰ ਤੇ। ਗੱਲ ਹੋ ਰਹੀ ਹੈ ਰੁਪਿੰਦਰ ਸਿੰਘ ਜਲਾਲ ਜੀ ਦੇ ਨਾਲ, ਕਬੱਡੀ ਵਿੱਚ ਵੱਡੇ ਨਾਂ ਹੈਗੇ ਤੇ ਇੱਥੇ ਇਹਨਾਂ ਦੀ ਵੱਡੀ ਸੇਵਾ ਇਸ ਮੋਰਚੇ ਦੇ ਵਿੱਚ ਸ਼ੁਰੂਆਤ ਲੱਗੀ ਹੋਈ। ਰੁਪਿੰਦਰ ਜੀ, ਕੀ ਤੁਸੀਂ ਇੱਥੇ ਪ੍ਰਬੰਧ ਕੀਤਾ ਹੈ ਤੇ ਥੋੜਾ ਜਿਹਾ ਸਾਨੂੰ ਦੱਸੋ? ਸੋ ਅਸੀਂ ਆਏ ਤਾਂ 2 ਟਰਾਲੀਆਂ ਦੇ ਵਿੱਚ ਸੀਗੇ ਜੀ, ਇੱਕ ਆਹ ਟਰਾਲੀ ਹੈ, ਇੱਕ ਪਿੱਛੇ ਰਾਸ਼ਨ ਵਾਲੀ ਹੈ, ਇੱਕ ਸਾਡੀ ਆਹ ਟਰਾਲੀ ਹੈ। ਅੱਛਾ ਜੀ। ਸੋ ਆਹ ਜਿਹੜਾ ਬਣਿਆ ਸਾਰਾ ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਨਾਲ ਬਣਿਆ ਜੀ। ਸੋ ਇੱਥੇ ਆਪਾਂ ਲੋਕਾਂ ਨੂੰ ਪਾਣੀ, ਦੁੱਧ, ਕੰਬਲ, ਮੈਟਰਸ ਤੇ ਜਿਹੜੀਆਂ ਸਲੈਕਸ ਵਗੈਰਾ ਹੁੰਦੀਆਂ, ਹੋਰ ਟੋਪੀਆਂ, ਜੋ ਵੀ ਆਪਾਂ ਕਹਿ ਦਈਏ, ਜੇ ਆਪਾਂ ਕਹਿ ਦਈਏ ਘਰ ਦਾ ਸਮਾਨ, ਨੂਣ ਮਿਰਚ ਮਸਾਲਾ ਹਲਦੀ ਜੋ ਵੀ ਹੁੰਦਾ। ਰੁਪਿੰਦਰ ਜੀ, ਇੰਨਾ ਜ਼ਿਆਦਾ ਪਾਣੀ ਕਿਉਂ ਤੁਸੀਂ ਇੱਥੇ ਰੱਖਿਆ ਹੋਇਆ ਹੈ, ਇਹਦੇ ਬਾਰੇ ਦੱਸੋ। ਇੰਨੇ ਮਤਲਬ ਦੋ ਵੱਡੇ ਵੱਡੇ, ਮਤਲਬ ਇਹ ਤਾਂ ਹਜੇ ਤੁਹਾਨੂੰ ਦਿਖਾਇਆ ਹੀ ਆ, ਅੰਦਰ ਬਹੁਤ ਸੇਵ ਕੀਤਾ ਹੋਇਆ। ਅੱਛਾ ਜੀ। ਇਹ ਕਿਉਂ ਆ? ਹਾਂਜੀ, ਮੰਨ ਲਓ ਕੱਲ ਨੂੰ ਸਰਕਾਰ ਬੰਦ ਕਰਦੇ ਰਸਤੇ, ਕੁਛ ਆਉਣਾ ਬੰਦ ਕਰਦੇ, ਪਾਣੀ ਆਉਣਾ ਬੰਦ ਕਰਦੇ, ਅਸੀਂ ਸਟੋਰ ਤਾਂ ਰੱਖੀਏ, ਸਾਡੇ ਕੋਲ 5-7 ਦਿਨਾਂ ਦਾ ਸਟੋਰ ਪਿਆ ਹੋਵੇ, ਪਾਣੀ ਪਿਆ, ਰਾਸ਼ਨ ਤਾਂ ਸਾਡੇ ਕੋਲ 6-6 ਮਹੀਨਿਆਂ ਦਾ। ਰੁਪਿੰਦਰ ਜੀ, ਇੱਥੇ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਣਾ ਚਾਹੁੰਦੀ, ਇਹ ਚੀਜ਼ ਆਪਾਂ ਖੁਦ ਐਕਸਪੀਰੀਅੰਸ ਕੀਤੀ ਹੈ, ਮੈਂ ਤੇ ਮੇਰੀ ਟੀਮ ਜੋ ਟਿਕਰੀ ਲਗਾਤਾਰ ਆਉਂਦੇ ਰਹਿੰਦੇ, ਇੱਥੇ ਆਉਣਾ ਜਾਣਾ ਇਨ ਪਿੰਡਾਂ ਦੇ ਰਾਹੀਂ ਬਹੁਤ ਔਖਾ, ਤੁਸੀਂ ਕਹਿ ਲਓ ਬਹੁਤ ਹੀ ਔਖਾ ਰਾਹ ਬਣਿਆ ਹੋਇਆ, ਤੇ ਤੁਹਾਨੂੰ ਲੱਗਦਾ ਹੈ ਕਿ ਅਗਰ ਕੋਈ ਇੱਦਾਂ ਦੀ ਸਾਜਿਸ਼ ਡਿਵੈਲਪ ਹੋਣੀ ਹੋਏ ਕਿ ਇਹ ਸਾਰੀ ਸੜਕਾਂ ਨੂੰ ਹੀ ਬੰਦ ਕੀਤਾ ਜਾਏ, ਕਿ ਲੋਕਾਂ ਦਾ ਅੰਦਰ ਬਾਹਰ ਹੋਣਾ ਬੰਦ ਹੋ ਸਕਦਾ ਹੈ? ਆਪਾਂ ਕਿਉਂ ਇੰਨਾ ਪਾਣੀ ਰੱਖਿਆ, ਇਹਨਾਂ ਦੀ ਸੋਚ ਦਾ ਕੀ ਪਤਾ? ਇਹਨਾਂ ਨੇ ਤਾਂ ਕਾਲੇ ਕਾਨੂੰਨ ਵੀ ਬਣਾਏ, ਉਹ ਵੀ ਆਪਾਂ ਨੂੰ ਮਾਰਨ ਲਈ ਬਣਾਏ ਆ ਨਾ, ਇਹਨਾਂ ਦਾ ਕੀ ਪਤਾ ਵੀ ਕਿਹੜੇ ਵੇਲੇ ਬੰਦ ਕਰ ਦੇਣ, ਰੋਡ ਬਲਾਕ ਕਰ ਦੇਣ, ਜਾਂ ਜਿੱਥੋਂ ਇਹ ਪਾਣੀ ਆ ਰਿਹਾ ਮੰਨ ਲਾ ਵੀ ਉੱਥੋਂ ਹੀ ਅਗਲੇ ਨੂੰ ਬੈਕ ਕਰਨ ਲੱਗ ਜਾਣ, ਸਾਡੇ ਕੋਲੇ 5-7-10 ਦਿਨਾਂ ਦਾ ਪਾਣੀ ਹੋਵੇ। ਠੀਕ ਆ, ਵੀ ਕਿਉਂਕਿ ਇੱਥੋਂ ਦਾ ਖਾਰਾ ਪਾਣੀ ਆ, ਉਹ ਜਦੋਂ ਹੁਣ ਆਪਾਂ ਬਿਸਲੇਰੀ ਪੀਂਦੇ ਆ, ਮੰਨ ਲਾ ਫਿਲਟਰ ਹੋਇਆ ਪਾਣੀ ਪੀਂਦੇ ਆ, ਜਦੋਂ ਪਾਣੀ ਮੁੱਕੂਗਾ, ਖਾਰੇ ਪਾਣੀ ਪੀਵਾਂਗੇ ਤਾਂ ਬਿਮਾਰ ਹੀ ਹੋਵਾਂਗੇ। ਬਿਲਕੁਲ। ਸੋ ਇਸ ਕਰਕੇ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਅਸੀਂ ਸਟੋਰ ਕਰਕੇ ਰੱਖੀਏ, ਪਾਣੀ ਤਾਂ ਪੀਤਾ ਹੀ ਜਾਣਾ ਜੀ। ਜੀ ਜੀ। ਐਂਡ ਇਸ ਚੀਜ਼ ਦੇ ਨਾਲ ਲੋਕਾਂ ਦਾ ਹੋਰ ਹੌਸਲਾ ਵੱਧਦਾ, ਬਟ ਉਹਨਾਂ ਨੂੰ ਇੱਥੇ ਆ ਕੇ ਇਹ ਨੀ ਫਿਕਰ ਹੁੰਦੀ ਕਿ ਸਾਨੂੰ ਕੱਲ ਕਿਸ ਤਰ੍ਹਾਂ ਸਾਡਾ ਪਾਣੀ, ਸਾਡਾ ਖਾਣ ਪੀਣ ਦਾ ਕੀ ਇੰਤਜ਼ਾਮ ਹੋਏਗਾ। ਮੈਂ ਕਹਿੰਦਾ ਜੀ, ਉਹ ਲੋਕਾਂ ਨੂੰ ਫਿਕਰ ਨਹੀਂ ਹੁੰਦੀ, ਉਹ ਸਾਨੂੰ ਫਿਕਰ ਹੋ ਜਾਂਦੀ ਆ। ਮੰਨ ਲਾ ਜਦੋਂ ਕੋਈ ਵੀ ਚੀਜ਼ ਘਟ ਗਈ ਤਾਂ ਸਾਨੂੰ ਫਿਕਰ ਹੋ ਜਾਂਦੀ ਆ ਵੀ ਐਂ ਆਪਾਂ ਯਾਰ ਵੀ ਇੱਥੋਂ ਕੋਈ ਮੁੜ ਨਾ ਜਾਵੇ। ਹੁਣ ਆਪਾਂ ਲਿਖ ਵੀ ਦਿੱਤਾ ਮੋਦੀ ਖਾਨਾ, ਜੇ ਮੋਦੀ ਖਾਨੇ ਚੋਂ ਮੁੜ ਗਿਆ ਫਿਰ ਬਾਬੇ ਨਾਨਕ ਦੀ ਤੌਹੀਨ ਹੋਊਗੀ। ਇਹ ਚੀਜ਼ ਨਾ ਮੈਂ ਕਹੂੰਗਾ, ਇਹ ਮੈਂ ਕਹਾਂਗੀ ਜੋ ਮੋਰਚੇ ਵਿੱਚ ਮੈਨੂੰ ਚੀਜ਼ ਸਭ ਤੋਂ ਪਿਆਰੀ ਲੱਗਦੀ ਹੈ, ਸਾਡੇ ਬਜ਼ੁਰਗ, ਸਾਡੇ ਅੰਕਲ ਹਮੇਸ਼ਾ ਲੰਗਰ ਦੀ ਤਿਆਰੀ ਕਰਦੇ, ਤੇ ਰੁਪਿੰਦਰ ਜੀ ਅੱਜ ਕੀ ਬਣ ਰਿਹਾ ਤੇ ਕਿਸ ਤਰ੍ਹਾਂ ਤੁਹਾਡੇ ਇੱਥੇ ਸੇਵਾ ਦਾ? ਮੈਂ ਦੱਸਣਾ ਚਾਹੁੰਦਾ ਜੀ, ਇਹ ਸਾਡਾ 2 ਪਿੰਡਾਂ ਦਾ, ਜਿੱਦਾਂ ਅਸੀਂ ਜਦੋਂ 2 ਟਰਾਲੀਆਂ ਸਾਂਝੀਆਂ ਅਸੀਂ ਇਕੱਠੀਆਂ ਆ ਕੇ ਲਾਈਆਂ ਸੀ 28 ਤਰੀਕ ਨੂੰ ਆਏ ਸੀ ਜਦੋਂ 28 ਨਵੰਬਰ ਨੂੰ। ਸੋ ਇਹ ਸਾਡੇ ਖੋਸੇ ਕੋਟਲੇ ਦੀ ਟਰਾਲੀ ਹੈ, ਆਹ ਸਾਡੇ ਜਲਾਲ ਪਿੰਡ ਦੀ ਟਰਾਲੀ ਹੈ, ਤੇ ਉਸ ਦਿਨ ਤੋਂ ਸਾਡਾ ਇਹ ਆਪਾਂ ਕਹਿ ਲਈਏ ਵੀ ਚੁੱਲਾ ਸਾਂਝਾ ਹੋ ਗਿਆ। ਅੱਛਾ ਜੀ। ਇਕੱਠੇ ਹੀ ਪ੍ਰਸ਼ਾਦਾ ਪੱਕਦਾ, ਸਾਰਾ ਕੁਛ ਇਕੱਠੇ ਹੀ ਹੁੰਦਾ। ਮਹਾਂਪੁਰਸ਼ਾਂ ਦੀ ਬੜੀ ਕਿਰਪਾ, ਬਾਬਾ ਗੁਰਮੀਤ ਸਿੰਘ ਜੀ ਤੇ ਬੜੀ, ਉਹਨਾਂ ਦੇ ਆਉਂਦੇ ਜਾਂਦੇ ਵੀ ਰਹਿੰਦੇ ਆ ਸਾਡੇ ਕੋਲੇ। ਸੋ ਇਹ ਸਾਂਝਾ ਹੋ ਗਿਆ ਤੇ ਉਹ 2 ਪਿੰਡਾਂ ਤੋਂ ਬਾਅਦ ਹੁਣ ਇਹ ਐਵੇਂ ਕਹਿ ਦਈਏ ਵੀ ਇਹ 2 ਪਿੰਡਾਂ ਦਾ ਨੀ ਰਹਿ ਗਿਆ, ਇਹ ਸਾਰੇ ਪੰਜਾਬ ਦਾ ਹੋ ਗਿਆ। ਇੱਥੇ ਪਤਾ ਨੀ ਕਿੰਨੇ ਕੁ ਜ਼ਿਲ੍ਹਿਆਂ ਤੋਂ ਲੋਕ ਆ ਕੇ ਜਿਹੜੇ ਆ, ਈਵਨ ਕਿ ਸਾਡੇ ਕੋਲੇ ਦਿੱਲੀ ਦੀਆਂ ਲੋਕਲ ਫੈਮਿਲੀਆਂ, ਰੋਹਤਕ ਦੀਆਂ ਲੋਕਲ ਫੈਮਿਲੀਆਂ,
ਬਹਾਦਰਗੜ੍ਹ ਦੀਆਂ ਲੋਕਲ ਫੈਮਿਲੀਆਂ ਵੀ ਆ ਕੇ ਸਾਡੇ ਕੋਲੇ ਪ੍ਰਸ਼ਾਦਾ ਪਾਣੀ ਛਕ ਕੇ ਜਾਂਦੀਆਂ ਤੇ ਇਹ ਸਾਡੀ ਜਿੱਤ ਆ। ਜੇ ਹੁਣ ਅਸੀਂ ਇੱਥੇ ਬੈਠ ਕੇ ਐਡੀ ਵੱਡੀ ਜਿੱਤ ਪ੍ਰਾਪਤ ਕਰ ਰਹੇ ਹਾਂ, ਠੀਕ ਹੈ, ਸਾਨੂੰ ਆਪਾਂ ਕਹਿ ਦਈਏ ਵੀ ਨਿਮਰਤਾ ਵੀ ਰੱਖਣੀ ਪੈਣੀ ਹੈ ਔਰ ਸਾਨੂੰ ਬੜਾ ਕੁਛ ਸੋਚ ਕੇ ਚੱਲਣਾ ਪੈਣਾ। ਜੇ ਹੁਣ ਉਹ ਸਾਡੇ ਪਰਿਵਾਰ ਆ ਰਿਹਾ, ਉਹ ਹੋਰ ਨੂੰ ਲੈ ਕੇ ਆਉਣਗੇ, ਕੱਲ ਨੂੰ ਹੋਰ ਇੱਕ ਸੋਚ ਬਣ ਗਈ ਨਾ। ਜਦੋਂ ਆਪਾਂ ਲੌਂਗ ਟਾਈਮ ਇੱਥੇ ਬੈਠਾਂਗੇ ਤੇ ਸਾਰਿਆਂ ਦੀ ਸੋਚ ਰਲ ਜੂਗੀ ਨਾ, ਤੇ ਕਿੰਨਾ ਵਧੀਆ। ਜੇ ਹੁਣ ਆਪਾਂ 26 ਤਰੀਕ ਨੂੰ ਉੱਥੇ ਜਾ ਕੇ ਆਪਾਂ ਗਲਤ ਕਰਾਂਗੇ ਤਾਂ ਫਿਰ ਉਹ ਰੁਪਿੰਦਰ ਜੀ, ਤੁਸੀਂ ਇਸ ਏਕਤਾ ਦੀ, ਇਸ ਸੋਚ ਦੀ ਗੱਲ ਕਰ ਰਹੇ ਹੋ, ਇਸ ਬਦਲਾਵ ਦੀ ਗੱਲ ਕਰ ਰਹੇ ਹੋ, ਤੁਹਾਨੂੰ ਲੱਗਦਾ ਇਸ ਮੋਰਚੇ ਤੋਂ ਬਾਅਦ ਵੀ ਇਹ ਬਦਲਾਵ ਜਾਰੀ ਰਹੂਗਾ, ਇਸ ਤਰ੍ਹਾਂ ਦੀ ਏਕਤਾ ਜਿੱਦਾਂ ਪਿੰਡਾਂ ਦੇ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਵਿੱਚ ਜਿਹੜਾ ਜੀ ਇੱਥੇ ਆ ਗਿਆ, ਉਹ ਮੈਨੂੰ ਮੇਰਾ ਦਿਲ ਕਹਿੰਦਾ ਵੀ ਉਹ ਨਹੀਂ ਬਦਲਦਾ। ਅੱਛਾ ਜੀ, ਜਿਹੜੇ ਨੇ ਆ ਕੇ ਦੇਖ ਲਿਆ, ਜਿਹੜੇ ਨੇ 5-4 ਦਿਨ ਲਾ ਲਏ ਇੱਥੇ, ਦਿਲੋਂ ਲਾ ਲਏ ਸੇਵਾ ਦੇ ਵਿੱਚ, ਉਹ ਤਾਂ ਨਹੀਂ ਕਦੇ ਬਦਲਦਾ ਜੀ। ਤੇ ਜਿਹੜਾ ਖਾਨਾ ਪੂਰਤੀ ਕਰਨ, ਜਿਵੇਂ ਆਪਾਂ ਕਹਿੰਦੇ ਤੁਸੀਂ ਸਮਝਦੇ ਹੀ ਆ, ਖਾਨਾ ਪੂਰਤੀ ਜੀ ਕਰੇ ਹੁੰਦੇ ਆ, ਜਾ ਆਉਂਦੇ ਆ, ਟੂਰਿਸਟ ਆ ਵੀ ਟੂਰ ਕਾਰਜਾ ਕੱਢੇ ਹੁੰਦੇ ਆ ਵੀ ਇੱਥੇ ਘਰੇ ਵੀ ਤਾਂ ਵਿਹਲੇ ਬੈਠੇ ਆ, ਉਹਨਾਂ ਦਾ ਆਪਾਂ ਕੁਛ ਕਹਿ ਨੀ ਸਕਦੇ। ਪਰ ਜਿਹੜੇ ਬੰਦੇ ਇੱਥੇ 5 ਦਿਨ ਆ ਕੇ ਸੇਵਾ ਕਰਕੇ, ਮੇਰੇ ਕੋਲ ਨਾ ਸਾਡੇ ਕੋਲ ਇੱਕ ਸਾਡੇ ਪਿੰਡ ਤੋਂ ਹੀ ਸੀਗੇ ਨਾਸਤਿਕ, ਤੁਸੀਂ ਸਮਝਦੇ ਹੋ, ਕਿਸੇ ਨੂੰ ਨੀ ਮੰਨਦੇ ਹੁੰਦੇ, ਉਹ ਆਏ ਇੱਥੇ। ਮੈਂ ਕਿਹਾ ਵੀ ਇਹ ਮੁੰਡੇ ਕਰਨ ਲੱਗ ਗਏ ਵੀ ਇਹ ਬੰਦਾ ਨਾਸਤਿਕ ਹੈ, ਇਹਨੇ ਕੋਈ ਨਾ ਕੋਈ ਗਲਤੀ ਕੱਢਣੀ ਕੱਢਣੀ। ਅਖੀਰ ਦੇ ਵਿੱਚ ਸਾਰਾ ਕੁਛ ਉਹਨਾਂ ਨੇ ਦੇਖਿਆ ਇੱਥੇ ਟਿੱਕਰੀ ਬਾਰਡਰ 'ਤੇ ਸਾਡਾ ਵੀ ਇੱਥੇ ਜੋ ਵੀ ਮੋਦੀ ਖਾਨੇ ਦਾ ਹੈ ਨਾ, ਤਾਂ ਅਖੀਰ ਦੇ ਵਿੱਚ ਉਹਨੇ ਸਾਨੂੰ ਵਾਹ ਕੇ ਇੱਕੋ ਗੱਲ ਹੀ ਕਹੀ, ਕਹਿੰਦਾ ਯਾਰ ਮੈਂ ਅੱਜ ਤੱਕ ਰੱਬ ਨੂੰ ਨਹੀਂ ਮੰਨਿਆ, ਪਰ ਇੱਥੇ ਰੱਬ ਹੈ, ਇੱਥੇ ਰੱਬ ਵੱਸਦਾ। ਸੋ ਦੇਖ ਲਓ ਵੀ ਇਹ ਨਾਸਤਿਕ ਬੰਦੇ ਆਪਦੀ ਸੋਚ ਉਹਦੀ ਬਦਲ ਸਕਦੀ ਆ, ਤੇ ਮੋਦੀ ਹੁਣੀ ਕਿੱਡੀ ਕੁ ਚੀਜ਼ ਆ, ਹਨਾ, ਕੋਈ ਚੱਕਰ ਨਹੀਂ। ਤੇ ਅਗਰ ਮੋਦੀ ਸਾਹਿਬ ਤੁਸੀਂ ਸੁਣ ਰਹੇ ਹੋ, ਇਹ ਸੰਦੇਸ਼ ਤੁਸੀਂ ਜ਼ਰੂਰ ਆਪਣੇ ਖਿਆਲ 'ਚ ਰੱਖਿਓ ਕਿ ਨਾ ਕਿ ਇਹ ਸੰਘਰਸ਼ ਜਿੰਨੇ ਲੰਬੇ ਸਮੇਂ ਤੱਕ ਇਹਦੀ ਲੋੜ ਹੈ ਰਹੂਗਾ, ਜਿੰਨੀ ਵੀ ਸਹੂਲਤਾਂ ਇੱਥੇ ਹੈਗੀਆਂ ਉਹਨਾਂ ਦੇ ਖਿਆਲ 'ਚ ਇਹ ਚੀਜ਼ ਜ਼ਰੂਰ ਹੈ, ਤੁਸੀਂ ਸਾਨੂੰ ਤੋੜਨ ਦੀ ਕੋਸ਼ਿਸ਼ ਕਰੋ, ਤੁਸੀਂ ਸਾਨੂੰ ਰੋਕਣ ਦੀ ਕੋਸ਼ਿਸ਼ ਕਰੋ, ਸਾਡੇ ਵੱਲੋਂ ਆਲਰੇਡੀ ਉਹਦਾ ਪ੍ਰੋਵਿਜ਼ਨ, ਉਹਦੀ ਤਿਆਰੀ ਹੈਗੀ ਇੱਥੇ, ਅਤੇ ਜਿਸ ਏਕਤਾ ਦੇ ਨਾਲ ਇੱਥੇ ਲੋਕ ਜੁੜੇ ਹੋਏ ਅਤੇ ਜੁੜ ਰਹੇ ਹਨ, ਲੱਗਦਾ ਨਹੀਂ ਕਿ ਜਦੋਂ ਤੱਕ ਇਹ ਬਿੱਲ ਰੱਦ ਨਹੀਂ ਹੁੰਦੇ ਤੇ ਉਹਨਾਂ ਨੂੰ ਉਹਨਾਂ ਦਾ ਹੱਕ ਵਾਪਸ ਨਹੀਂ ਮਿਲਦਾ ਕਿ ਉਹ ਮੁੜ ਕੇ ਵਾਪਸ ਜਾਣਗੇ। ਰੁਪਿੰਦਰ ਸਿੰਘ ਜਲਾਲ ਜੀ ਨਾਲ ਗੱਲ ਹੋ ਰਹੀ ਹੈ। ਰੁਪਿੰਦਰ ਜੀ, ਤੁਸੀਂ ਬੀਬੀਆਂ ਲਈ ਵੀ ਕੁਛ ਇੰਤਜ਼ਾਮ ਕੀਤਾ, ਮੈਂ ਉਹ ਵੀ ਵੇਖਣਾ ਚਾਹੁੰਦੀ ਤੇ ਰੁਪਿੰਦਰ ਜੀ, ਤੁਹਾਡਾ ਆਪਣਾ ਪਰਿਵਾਰ ਇੱਥੇ ਤੁਹਾਡੇ ਨਾਲ ਪਹੁੰਚਿਆ ਸੀ, ਤੁਹਾਡੇ ਨਿੱਕਾ, ਤੁਹਾਡਾ ਬੇਟਾ ਤੁਸੀਂ ਮੈਨੂੰ ਦਿਖਾਇਆ 6 ਸਾਲ ਦਾ, ਤੁਹਾਡੇ ਮਾਂ ਪਿਓ ਇੱਥੇ ਹਨ, ਪਰਿਵਾਰਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇਸ ਮੋਰਚੇ ਵਿੱਚ ਨਾ ਕਿ ਸਿਰਫ ਸਾਡੇ ਜਵਾਨ, ਸਾਡੇ ਬਜ਼ੁਰਗ ਅੰਕਲ ਆਂਟੀਆਂ, ਬਟ ਪੂਰੇ ਪਰਿਵਾਰ ਸਮੇਤ ਲੋਕੀ ਪਹੁੰਚਣ, ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਪਾਂ ਹੁਣੀ ਗੱਲ ਕਰਕੇ ਹਟਿਆ ਨਾ ਨਾਸਤਿਕ ਬੰਦੇ ਵਾਲੇ, ਜੀ ਜੀ, ਉਹ ਕਹਿੰਦਾ ਵੀ ਇੱਥੇ ਰੱਬ ਵੱਸਦਾ ਜੀ, ਜੇ ਇੱਥੇ ਬਾਬੇ ਨਾਨਕ ਦੀ ਕਿਰਪਾ ਸੀ ਆਪਦੇ ਜਵਾਕਾਂ ਨੂੰ ਕਿਉਂ ਘਰੇ ਛੱਡੀ ਜੀ, ਉਹਨਾਂ ਤੇ ਵੀ ਤਾਂ ਕਿਰਪਾ ਹੋਣੀ ਚਾਹੀਦੀ ਹੈ ਨਾ ਜੀ। ਜੇ ਅਸੀਂ ਇਹ ਗੱਲ, ਮੈਂ ਇਹ ਗੱਲ ਸੋਚਦਾ ਹਨਾ ਵੀ ਬਾਬੇ ਨਾਨਕ ਦੀ ਕਿਰਪਾ, ਹੋਰ ਵੀ ਪਤਾ ਨਹੀਂ ਕਿੰਨੇ ਕੁ ਲੋਕ ਸੋਚਦੇ, ਪਰ ਅਸੀਂ ਆਪਦੇ ਜਵਾਕਾਂ ਨੂੰ ਨਾ ਘਰੇ ਛੱਡੋ, ਉਹਨਾਂ ਤੇ ਵੀ ਕਿਰਪਾ ਕਰਾਓ ਬਾਬੇ ਨਾਨਕ ਦੀ, ਉਹਨਾਂ ਨੂੰ ਵੀ ਦਿਖਾਓ। ਇੱਕ ਕੁੰਭ ਹੁੰਦਾ, ਉਹ ਕਹਿੰਦੇ 12 ਸਾਲਾਂ ਬਾਅਦ ਹੁੰਦਾ, ਇਹ ਉਹ ਕੁੰਭ ਹੈ ਜਿਹੜਾ ਜ਼ਿੰਦਗੀ 'ਚ ਇੱਕੋ ਵਾਰੀ ਆਇਆ, ਮੁੜ ਕੇ ਆਉਣਾ ਨਹੀਂ ਗਾ, ਫਿਰ ਅਸੀਂ ਐਂ ਇਕੱਠੇ ਹੋਣਾ ਨਹੀਂ ਕਦੇ ਵੀ, ਠੀਕ ਹੈ, ਵੱਧ ਸਕਦਾ, ਲੰਮਾ ਜਾਊਗਾ, ਵਧੀਆ ਗੱਲ ਆ, ਆਹ ਕੰਬਲ ਹੈ ਡਟੇ ਰਹਾਂਗੇ। ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ, ਵੀ ਆਰ ਫਾਰਮਰਸ ਨਾਟ ਅ ਟੈਰਰਿਸਟ। ਸਮੂਹ ਨਗਰ ਨਿਵਾਸੀ ਪਿੰਡ ਜਲਾਲ ਬਠਿੰਡਾ, ਇਹ ਜਦੋਂ ਬਣਿਆ ਸੀ ਉਦੋਂ ਇਕੱਲੇ ਜਲਾਲ ਤੇ ਥੋੜੇ ਜਿਹੇ ਸੀ, ਹੁਣ ਇਹ ਆਪਾਂ ਕਹਿ ਦਈਏ ਸਮੂਹ ਪੰਜਾਬ ਨਿਵਾਸੀ ਜਾਂ ਇਨਸਾਫ ਪਸੰਦ ਲੋਕ ਜਿਹੜੇ ਇਹ ਸਾਰੀ ਆਵਾਜ਼ ਦੇ। ਬਟ ਇਹ ਤਾਂ ਹੁਣ ਪੰਜਾਬ ਦਾ ਵੀ ਅਕੇਲੇ ਦਾ ਮੁੱਦਾ ਨਹੀਂ ਰਿਹਾ, ਇਹ ਪੂਰੇ ਭਾਰਤ ਦਾ ਮੁੱਦਾ ਰਿਹਾ, ਤੁਸੀਂ ਕਹਿ ਲਓ ਆਮ ਜਨਤਾ ਦਾ, ਕਾਮਨ ਮੈਨ ਦਾ ਮੁੱਦਾ ਬਣ ਗਿਆ ਇਸ ਤਰ੍ਹਾਂ ਦਾ ਸੁਭਾਵ, ਤੁਸੀਂ ਇਹਦੇ ਬਾਰੇ ਹੋਰ ਕੀ ਕਹਿ ਸਕਦੇ ਹੋ? ਦੇਖੋ, ਇਹ ਭਾਰਤ ਦਾ ਵੀ ਨਹੀਂ ਰਹਿ ਗਿਆ ਹੁਣ, ਜਿਹਦੇ ਘਰੇ ਰੋਟੀ ਪੱਕਦੀ ਹੈ, ਚਾਹੇ ਗੋਰਾ ਚਾਹੇ ਕਾਲਾ ਚਾਹੇ ਚੀਨਾ ਚਾਹੇ ਕੋਈ ਵੀ ਹੈ, ਜਿਹਦੇ ਘਰੇ ਰੋਟੀ ਪੱਕਦੀ ਹੈ ਉਹ ਇੱਕ ਵਾਰੀ ਉਹਨਾਂ ਦੇ ਪਰਿਵਾਰ 'ਚ ਗੱਲ ਹੁੰਦੀ ਹੈ ਵੀ ਕੀ ਬਣਿਆ ਉੱਥੇ, ਜਿਹੜੇ ਦਿੱਲੀ ਬੈਠੇ ਹੋਏ ਨੇ ਉੱਥੇ ਕੀ ਚੱਲ ਰਿਹਾ। BBC ਸਾਡੀ ਗੱਲ ਕਰਦਾ ਅੱਜ, ਹਨਾ, ਤੁਸੀਂ ਸਾਰੀ ਕੈਨੇਡਾ ਅਮਰੀਕਾ ਦੇ ਵਿੱਚ ਚਲਾਓਗੇ ਤਾਂ ਇਹ ਜਦੋਂ ਦੇਖਣਗੇ ਉਹ ਲੋਕ, ਉਹਨਾਂ ਨੂੰ ਕਿੰਨਾ ਵਧੀਆ ਲੱਗੂਗਾ। ਮੈਂ ਬੇਨਤੀ ਵੀ ਕਰਦਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜੀਆਂ ਪੋਸਟਾਂ, ਉਹਨਾਂ ਲੋਕਾਂ ਨੂੰ ਦਿਖਾਓ ਜਿਹੜੇ ਆਪਣੇ ਪੰਜਾਬੀ ਵੀ ਨਹੀਂ ਜਾਂ ਕਿਸਾਨ ਵੀ ਨਹੀਂ ਜਾਂ ਇੰਡੀਅਨ ਵੀ ਨਹੀਂ, ਜੀ ਜੀ ਜੀ, ਕਮਿਊਨਿਟੀ ਤੋਂ ਵੱਖਰੇ, ਹਾਂਜੀ, ਮੋਦੀ ਦੀ ਗੰਦੀ ਸਰਕਾਰ ਇੰਨਾ ਜਿਹੜਾ ਤਸ਼ੱਦਦ ਕਰ ਰਹੀ ਹੈ ਸਾਡੇ ਲੋਕਾਂ ਦੇ। ਜੀ ਜੀ, ਰੁਪਿੰਦਰ ਜੀ, ਤੁਸੀਂ ਸਾਨੂੰ ਦੱਸ ਰਹੇ ਸੀ ਕਿ ਬੀਬੀਆਂ ਲਈ ਇੱਥੇ ਇੰਤਜ਼ਾਮ ਕੀਤਾ ਗਿਆ ਹੈ, ਖਾਸ ਕਰਕੇ ਜਦੋਂ ਤੁਸੀਂ ਮੋਰਚੇ ਵਿੱਚ ਆਉਂਦੇ ਹੋ ਸੜਕਾਂ ਤੇ ਰਹਿਣਾ ਪੈ ਰਿਹਾ ਹੈ, ਤੁਹਾਨੂੰ ਬੇਸਿਕ ਨੀਡਸ, ਬਾਥਰੂਮ, ਟੋਇਲੇਟਸ, ਇਸ ਤਰ੍ਹਾਂ ਦੀ ਚੀਜ਼ਾਂ ਦੀ ਕਮੀ ਪੈ ਜਾਂਦੀ ਹੈ ਤੇ ਉਹਦਾ ਵੀ ਇੰਤਜ਼ਾਮ ਕੀਤਾ ਗਿਆ ਇੱਥੇ, ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ।
ਲਈ ਭਾਵੇਂ ਔਖਾ ਜ਼ਰੂਰ ਹੈਗਾ, ਇੱਥੇ ਦੀ ਕੰਡੀਸ਼ਨਸ ਔਖੀਆਂ ਹਨ, ਬਟ ਇਹ ਨਹੀਂ ਆਪਾਂ ਕਹਿ ਸਕਦੇ ਕਿ ਜੋ ਬੇਸਿਕ ਨੀਡਸ ਹਨ ਉਹਨਾਂ ਦਾ ਇੰਤਜ਼ਾਮ ਨਹੀਂ ਹੋ ਰਿਹਾ, ਨਹੀਂ ਕੀਤਾ ਜਾ ਰਿਹਾ। ਰੁਪਿੰਦਰ ਜਲਾਲ ਜੀ ਸਾਡੇ ਨਾਲ ਜੁੜੇ ਹਨ, ਗੱਲ ਚੱਲ ਰਹੀ ਹੈ, ਤੁਸੀਂ ਵੀ ਸਾਡੇ ਨਾਲ ਜੁੜੇ ਰਹੋ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਤੇ ਇਹ ਤੁਹਾਡਾ ਜੋ ਕੈਂਪ ਰੁਪਿੰਦਰ ਜੀ ਬਣਿਆ ਹੋਇਆ ਉਹਦੇ ਬਿਲਕੁਲ ਅਕ੍ਰੋਸ ਦ ਸਟਰੀਟ ਆਪਾਂ ਕਹਿ ਸਕਦੇ ਹਾਂ ਸਾਈ ਮੰਦਿਰ ਹੈ। ਕੀ ਇਸ ਮੰਦਿਰ ਦੀ ਅਨੋਖੀ ਕਹਾਣੀ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ? ਅਸੀਂ ਪਹਿਲੇ ਦਿਨ ਤੋਂ ਇੱਥੇ ਆਏ ਹੋਏ ਹਾਂ ਜੀ, ਪਹਿਲੇ ਦਿਨ ਤੋਂ ਹੀ ਇਹਨਾਂ ਦਾ ਇੰਨੀ ਕੁ ਜਾਣੀ ਕਿ ਆਪਾਂ ਕਹਿ ਦਈਏ ਵੀ ਸਪੋਰਟ ਆ। ਇੱਧਰ ਟੋਇਲਟ ਆ ਲੇਡੀਜ਼ ਲਈ, ਉੱਧਰ ਵਾਸ਼ਰੂਮ ਆ, ਆਹ ਦੇਖ ਲਓ ਤੁਸੀਂ ਸਾਰਾ। ਮੈਂ ਬਾਈ ਜੀ ਬੇਨਤੀ ਕਰਦਾ, ਦਿਖਾ ਦਿਓ ਇੱਥੇ ਸਾਰਾ ਕੁਛ ਕਿੰਨਾ ਵਧੀਆ ਹੈਗਾ ਸਿਸਟਮ ਦੇਖ ਲਓ। ਅਤੇ ਆਹ ਸਾਡੀਆਂ ਮਾਵਾਂ ਸਾਰਾ ਪ੍ਰਸ਼ਾਦਾ ਪਕਾ ਰਹੀਆਂ, ਇਹ ਮੇਰੇ ਮਾਤਾ ਜੀ ਆ, ਸੋ ਇਹ ਸਾਰੀਆਂ ਮੇਰੇ ਪਿੰਡ ਤੋਂ ਮੇਰੀਆਂ ਦਾਦੀਆਂ, ਇਹ ਮੇਰੀਆਂ ਭਾਬੀ ਜੀ ਹੋਣੀਆਂ, ਸਾਰੇ ਦੇਖ ਲਓ ਵੀ ਸਾਡਾ ਪਰਿਵਾਰ ਇੱਥੇ ਅਸੀਂ ਬੈਠੇ ਹੋਏ ਹਾਂ। ਅਤੇ ਸਾਈ ਮੰਦਰ ਦੀ ਗੱਲ ਚੱਲਦੀ ਸੀ, ਇਹਨਾਂ ਦੀ ਪਹਿਲੇ ਦਿਨ ਤੋਂ ਬਹੁਤ ਸਪੋਰਟ ਹੈ। ਜਿਹੜਾ ਗੋਦੀ ਮੀਡੀਆ ਕਹਿੰਦਾ ਵੀ ਖਾਲਿਸਤਾਨੀ ਆ ਗਏ, ਇਹ ਅੱਤਵਾਦੀ ਆ ਗਏ, ਵੱਖਵਾਦੀ ਆ ਗਏ, ਧਰਮਾਂ ਦੇ ਨਾਂ 'ਤੇ ਸਾਨੂੰ ਪਾੜਨਾ ਚਾਹੁੰਦੇ ਆ। ਤੁਸੀਂ ਇਸ ਮੰਦਰ ਦੇ ਵਿੱਚ, ਮੈਂ ਆਪਦੇ ਅੱਖੀ, ਮੇਰੇ ਕੋਲ ਵੀਡੀਓ ਹੈਗੀ ਆ, ਇੱਥੇ ਮੈਂ ਨਮਾਜ਼ ਪੜ੍ਹਦੇ ਵੀ ਦੇਖੇ ਆ, ਇੱਥੇ ਪਾਠ ਕਰਦੇ ਵੀ, ਮੈਂ ਤੁਹਾਨੂੰ ਹੁਣੇ ਦਿਖਾ ਦਿੰਦਾ ਇੱਥੇ। ਇਹ ਧਰਮਾਂ ਵਾਲੀ ਗੱਲ ਇਹ ਗੋਦੀ ਮੀਡੀਆ ਬਿਲਕੁਲ ਗਲਤ ਫੈਲਾ ਰਿਹਾ। ਇਹ ਸਾਡਾ ਜਿਹੜਾ ਅੰਦੋਲਨ ਆ ਇਹ ਬਹੁਤ ਪੀਸਫੁਲੀ ਆ, ਇਹ ਸਾਰੇ ਧਰਮਾਂ ਦਾ ਅੰਦੋਲਨ ਆ, ਕਿਸੇ ਇੱਕ ਦਾ ਨਹੀਂ। ਸੋ ਆਪਣੀ ਗੱਲ ਚੱਲ ਰਹੀ ਸੀ, ਵਾਸ਼ਰੂਮ ਵਗੈਰਾ ਦੀ ਪ੍ਰੋਬਲਮ ਆ ਜਾਂਦੀ ਆ, ਇਹ ਵੀਰ ਨੇ ਸਾਡੇ ਭਰਾ, ਸਾਡਾ ਬਹੁਤ ਦਿਨਾਂ ਤੋਂ ਸਾਡੇ ਨਾਲ ਲੱਗਿਆ ਹੋਇਆ, ਤੇ ਇਹ ਵਾਸ਼ਰੂਮ ਬਣਾ ਰਹੇ ਨੇ। ਇਹਨਾਂ ਦੇ ਪਟਿਆਲੇ ਤੋਂ ਜਿਹੜੀ ਟੀਮ ਆ, ਇਹਨਾਂ ਦੀ ਸਾਰੀ ਟੀਮ ਕੰਮ ਕਰਦੀ ਆ, ਇਹ ਵੀਰ ਕੱਲਾ ਹੀ ਇਹਨਾਂ ਨੂੰ ਸਾਰਾ ਸੈਟਅਪ ਕਰਕੇ ਲੋਕਾਂ ਦੇ ਨਹਾਉਣ ਨੂੰ, ਹਨਾ, ਮਾਵਾਂ ਦੇ ਵਾਸ਼ਰੂਮ ਵਗੈਰਾ ਜਾਣ ਨੂੰ, ਦੇਖ ਲਓ ਟਰਾਲੀ ਚੋਂ ਉਤਰ ਕੇ ਵਾਸ਼ਰੂਮ ਵਗੈਰਾ ਦਾ, ਤੁਹਾਨੂੰ ਪਤਾ ਹੀ ਆ ਸਾਰਾ, ਲੇਡੀਜ਼ ਦੀ ਪ੍ਰੋਬਲਮ ਦਾ ਪਤਾ ਹੁੰਦਾ। ਤੇ ਇਹ ਸਾਡੀ ਕੋਸ਼ਿਸ਼ ਆ ਵੀ ਅੱਜ ਅਸੀਂ ਮਾਈਕ ਤੇ ਵੱਡੀ ਸਟੇਜ ਤੇ ਬੁਲਾ ਵੀ ਆਦਾ ਵੀ ਜਿਹਨੂੰ ਭਾਈ ਵਾਸ਼ਰੂਮ ਦੀ ਲੋੜ ਆ ਆਜੋ ਲੈ ਜਾਓ। ਇਹ ਸਾਰੇ ਟਿੱਕਰੀ ਬਾਰਡਰ ਤੇ ਅਸੀਂ ਕਰ ਰਹੇ ਹਾਂ, ਤੇ ਘੱਟੋ ਘੱਟ 45-50 ਕਿਲੋਮੀਟਰ ਦੇ ਏਰੀਏ ਤੇ ਸਾਡਾ, ਕਿੰਨੇ ਹੋ ਗਏ ਆਪਣੇ ਤੋਂ ਪਹਿਲਾਂ 250 ਬਣਾ, ਇਸ ਤੋਂ ਪਹਿਲਾਂ 250 ਵਾਸ਼ਰੂਮ ਬਣ ਗਿਆ। ਤੇ ਆਹ ਦੇਖ ਲਓ ਇੱਧਰ ਸਮਾਨ ਹੋਰ ਪਿਆ, ਨਵਾਂ ਮਾਡਲ ਹੈ, ਪਹਿਲਾਂ ਥੋੜਾ ਭੀੜਾ ਬਣ ਗਿਆ ਸੀ, ਹੁਣ ਥੋੜਾ ਜਿਹਾ ਵੱਡੇ ਖੁੱਲੇ ਬਣਾ ਰਹੇ ਹਾਂ। ਇਹ ਕਿੰਨੀ ਵੱਡੀ ਚੀਜ਼ ਹੈਗੀ, ਮੈਂ ਵਿਊਅਰਸ ਨੂੰ ਤੁਹਾਨੂੰ ਇੱਕ ਇਹੋ ਜਿਹੀ ਚੀਜ਼ ਦਿਖਾਣੀ ਹੈ ਜੋ ਤੁਹਾਨੂੰ ਕਦੀ ਨਾ ਸੋਸ਼ਲ ਮੀਡੀਆ ਤੇ ਨਾ ਕੋਈ ਵੱਡੇ ਤੁਸੀਂ ਕਹਿ ਲਓ ਨੈਸ਼ਨਲ ਮੀਡੀਆ ਜੋ ਵੀ ਮੀਡੀਆ ਤੁਸੀਂ ਕਹਿਣਾ ਕਦੇ ਨਹੀਂ ਵੇਖਣ ਨੂੰ ਮਿਲੇਗੀ। ਤੁਸੀਂ ਡੋਨੇਸ਼ਨ ਦੀ ਗੱਲ ਕਰਦੇ ਹੋ ਕਿ ਜੀ ਆਪਾਂ ਕੀ ਡੋਨੇਟ ਕਰ ਸਕਦੇ ਹਾਂ, ਹੈ ਨਾ, ਕਿ ਆਪਾਂ ਪੋਟਾ ਪੋਟੀਜ਼ ਡੋਨੇਟ ਕਰ ਦਿੰਦੇ ਹਾਂ, ਨਹੀਂ, ਇੱਥੇ ਇਹ ਬਣ ਰਿਹਾ, ਆਪਣੇ ਹੱਥੋਂ ਇਹ ਬਣਾ ਰਿਹਾ, ਜਿਸ ਤਰ੍ਹਾਂ ਦੀ ਲੋੜ ਇਹਨਾਂ ਨੂੰ ਇੱਥੇ ਵੇਖਣ ਨੂੰ ਮਿਲ ਰਹੀ ਹੈ ਉਹਦੇ ਮੁਤਾਬਿਕ ਇਹ ਬਣਾ ਰਹੇ। ਤੁਸੀਂ ਸਾਨੂੰ ਦੱਸ ਰਹੇ ਸੀ ਪਹਿਲੇ ਥੋੜ੍ਹੇ ਛੋਟੇ ਬਣ ਗਏ ਸੀ, ਟਾਈਟ ਬਣ ਗਏ ਸੀ, ਹੁਣ ਤੁਸੀਂ ਉਹਨਾਂ ਨੂੰ ਮਾਡਲ ਨੂੰ ਮੋਡੀਫਾਈ ਕੀਤਾ ਹੈ, ਮਤਲਬ ਇਹ ਚੀਜ਼ ਇਵੋਲਵ ਇੱਦਾਂ ਹੋ ਰਹੀ ਹੈ, ਜਿੱਦਾਂ ਜਿੱਦਾਂ ਲੋਕਾਂ ਦੀ ਲੋੜਾਂ ਇਵੋਲਵ ਹੋ ਰਹੀਆਂ ਉੱਦਾਂ ਉੱਦਾਂ ਤੁਸੀਂ ਉਹਨਾਂ ਨੂੰ ਸਹੂਲਤਾਂ ਦੇ ਰਹੇ ਹੋ। ਸੋ ਰੁਪਿੰਦਰ ਜੀ, ਇਹ ਤਾਂ ਵਾਸ਼ਰੂਮ ਦੀ ਬਹੁਤ ਵੱਡੀ ਆਈ ਥਿੰਕ ਇੱਥੇ ਸੇਵਾ ਹੋ ਰਹੀ ਹੈ, ਬਿਕੋਜ਼ ਇਹ ਇੱਕ ਇਹੋ ਜਿਹੀ ਚੀਜ਼ ਹੈ ਜੋ ਕੋਈ ਐਡਮਿਟ ਨਹੀਂ ਕਰਨਾ ਚਾਹੁੰਦਾ, ਬਟ ਹਰ ਇੱਕ ਨੂੰ ਇਹਦੀ ਲੋੜ ਹੈਗੀ, ਹੈ ਨਾ, ਤੁਸੀਂ ਇਹਦਾ ਇੰਤਜ਼ਾਮ ਕਰ ਰਹੇ ਹੋ। ਬਟ ਅਲਟੀਮੇਟਲੀ ਸਾਡੀ ਗੱਲ ਉੱਥੇ ਹੀ ਆ ਜਾਂਦੀ ਕਿ ਇਹ ਸੰਘਰਸ਼ ਖਤਮ ਕਦੋਂ ਹੋਏਗਾ, ਹੈ ਨਾ। ਲੋਕਾਂ ਦੀ ਉਮੀਦ ਹੈ, ਜਦੋਂ ਵੀ ਬੈਠਕ ਹੁੰਦੀ ਹੈ ਲੋਕਾਂ ਦੀ ਆਸ ਹੁੰਦੀ ਹੈ ਕਿ ਕੁਛ ਇਹਦੇ 'ਚ ਨਿਕਲੇ। ਤੁਸੀਂ ਪਹਿਲੇ ਸਾਨੂੰ ਕਿਹਾ ਲੋਕ ਐਕਸਪੈਕਟ ਕਰਦੇ ਹੈ ਫਿਰ ਡਿਸਅਪੁਆਇੰਟ ਹੋ ਜਾਂਦੇ ਹੈ, ਹੈ ਨਾ। ਸੋ ਉਸ ਡਿਸਅਪੁਆਇੰਟਮੈਂਟ ਨੂੰ ਵੇਖ ਕੇ ਜੋ ਸਾਡੇ ਵਿਊਅਰ ਸਾਨੂੰ ਅਬਰੋਡ ਵੇਖ ਰਹੇ, ਉਹਨਾਂ ਨੂੰ ਤੁਸੀਂ ਆਪਣੇ ਹੌਸਲੇ ਬਾਰੇ ਕੀ ਕਹਿਣਾ ਚਾਹੋਗੇ ਤਾਂ ਕਿ ਉਹਨਾਂ ਦਾ ਵੀ ਹੌਸਲਾ ਬਣਿਆ ਰਹੇ, ਉਹ ਇੱਥੇ ਭਾਵੇਂ ਨਹੀਂ ਆ ਕੇ ਇੱਥੇ ਫਿਜ਼ੀਕਲੀ ਨਹੀਂ ਆ ਕੇ ਜੁੜ ਸਕਦੇ, ਬਟ ਉਹਨਾਂ ਦੀ ਉਮੀਦਾਂ ਉਨੀ ਕੀ ਜੁੜੀਆਂ ਹੋਈਆਂ ਇਸ ਅੰਦੋਲਨ ਦੇ ਨਾਲ, ਉਹਨਾਂ ਨੂੰ ਉਨੀ ਫਿਕਰ ਹੈ ਕਿ ਆਪਣੇ ਪਰਿਵਾਰ ਆਪਣੇ ਪਿਛੋਕੜ ਬਾਰੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਤਾਂ ਇਹੀ ਬੇਨਤੀ ਕਰਦਾ ਜੀ ਵੀ ਆਪਾਂ ਹਾਜ਼ਮਾ ਰੱਖੀਏ, ਥੋੜ੍ਹਾ ਜਿਹਾ ਨਾ ਠਰੰਮੇ ਦੇ ਨਾਲ, ਲੰਮਾ ਸਮਾਂ ਚੱਲ ਸਕਦਾ ਪਰ ਜਿੱਤ ਆਪਣੀ ਹੋਣੀ ਹੈ। ਅਤੇ ਸਾਈਂ ਦਾ ਮੰਦਰ ਹੈ, ਇੱਥੇ ਖੜ ਕੇ ਹੀ ਗੱਲ ਕਹਿੰਦੇ ਹਾਂ ਗੁਰੂਆਂ ਨੂੰ, ਹਾਜ਼ਰ ਨਾਜ਼ਰ ਹੋ ਕੇ, ਠੀਕ ਹੈ, 10 ਗੁਰੂਆਂ ਨੂੰ ਹਾਜ਼ਰ ਨਾਜ਼ਰ ਹੋ ਕੇ ਹੀ ਗੱਲ ਕਹਿੰਦੇ ਹਾਂ, ਸੱਚੇ ਪਾਤਸ਼ਾਹ ਨੂੰ ਮੰਨ ਕੇ ਹੀ ਗੱਲ ਕਹਿੰਦੇ ਹਾਂ ਵੀ ਜਿੱਤ ਆਪਣੀ ਹੋਣੀ ਹੈ ਇਸ ਗੱਲ ਦੇ ਵਿੱਚ, ਪੱਕਾ ਜਿੱਤ ਹੋਊਗੀ। ਦਿਨ ਰਾਤ ਕਰੋੜਾਂ ਲੱਖਾਂ ਅਰਦਾਸਾਂ ਹੋ ਰਹੀਆਂ, ਉਹਦੇ ਘਰ ਦੇਰ ਹੈ, ਹਨੇਰ ਨਹੀਂ, ਪਰ ਸਾਨੂੰ ਸੁਚੇਤ ਰਹਿਣ ਦੀ ਬਹੁਤ ਲੋੜ ਹੈ, ਬਾਹਰਲਿਆਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ, ਇੱਥੋਂ ਵਾਲਿਆਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ। ਇੱਥੋਂ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ, ਜੋ ਕੋਈ ਵੀ ਇਹਨਾਂ ਨੇ ਕੋਈ ਨੈਗੇਟਿਵਿਟੀ ਫੈਲਾਉਣੀ ਹੈ, ਕੋਈ ਵੀ ਗੱਲਬਾਤ, ਉਹ ਬਾਹਰ ਜਾਂਦੀ ਹੈ ਪਹਿਲਾਂ। ਹਾਂਜੀ, ਉਹ ਇਹ ਇੱਥੇ ਨਹੀਂ ਫੈਲਾਉਂਦੇ, ਉਹ ਪਹਿਲਾਂ ਬਾਹਰ ਫੈਲਾਉਂਦੇ ਆ, ਫੈਲਾਉਂਦੇ ਕਿਨੂੰ ਆ, ਰਾਤ ਨੂੰ ਜਦੋਂ ਅਸੀਂ ਸੁੱਤੇ ਹੁੰਦੇ ਹਾਂ ਉਹ ਜਾਗਦੇ ਹੁੰਦੇ ਆ, ਉਹ ਫਿਰ ਸਵੇਰੇ ਸਾਨੂੰ ਫੋਨ ਕਰਦੇ ਆ ਜਾਂ ਸਾਡੇ ਵਟਸਐਪ ਖੋਲਦੇ ਆ, ਆਹ ਹੋਣ ਵਾਲਾ ਜਾਂ ਇੱਥੇ ਆਹ ਹੋ ਗਿਆ ਜਾਂ ਕੋਈ ਵੀ ਜਿਹੜੀ ਗਲਤ ਖਬਰ ਹੁੰਦੀ ਆ। ਬਿਲਕੁਲ, ਤੁਸੀਂ ਵੀ ਸਾਰੇ
विश्वास बना के रखो। सो मैं यही बेनती करदा वी जिहड़ियां जथेबंदियां जिहड़ा महासंगठन बनिया होया जो भी वह फैसले लै रहे हैं उन्हां दे अकॉर्डिंग आपां चलीए, जित अपनी पक्की होगी। गुरु महाराज ते भरोसा रखो, ਉਹਦੇ ਘਰ ਦੇਰ ਹੈ, ਉਹਦੇ ਘਰ ਨੇਰ ਨਹੀਂ। ਲੋਕਾਂ ਦੀਆਂ ਲੋੜਾਂ ਪੂਰੀਆਂ ਕਰੋ, ਇੱਥੇ ਕੋਈ ਸ਼ਰਾਰਤ ਨਾ ਬੰਦਾ ਕਰ ਜੇ, ਠੀਕ ਹੈ, ਉਹ ਚੀਜ਼ ਦਾ ਧਿਆਨ ਰੱਖੋ। ਬਾਕੀ ਜਿੱਤ ਆਪਣੀ ਪੱਕੀ ਹੋਊਗੀ ਹੀ ਹੋਊਗੀ। ਰੁਪਿੰਦਰ ਜੀ, ਇਹ ਕੋਈ ਛੋਟੀ ਚੀਜ਼ ਨਹੀਂ ਹੈ ਕਿ 50 ਦਿਨ ਹੋ ਗਏ ਹੈ ਇਸ ਸੰਘਰਸ਼ ਨੂੰ, ਇਹ ਕੋਈ ਛੋਟੀ ਨਹੀਂ ਲੱਗਦਾ ਵੀ ਵੱਡੀ ਹੈ, ਪਰ ਮਹਾਰਾਜ ਨੇ ਸਾਨੂੰ ਥਕਾ, ਆਪਾਂ ਦਿੱਲੀ ਆਉਂਦੇ ਹਾਂ ਨਾ ਜੀ, ਤੁਸੀਂ ਵੀ ਐਕਚੁਅਲੀ ਆਉਂਦੇ ਹਾਂ, ਜਦੋਂ ਵੀ ਆਪਾਂ ਕਹਿੰਦੇ ਹਾਂ ਵੀ ਦਿੱਲੀ ਜਾਣਾ, ਜਦੋਂ ਬੰਦਾ ਦਿੱਲੀ ਆਉਂਦਾ 2-3 ਦਿਨ ਨਹੀਂ ਉੱਠਦਾ ਜੀ। ਮੈਂ ਆਪਦੀ ਗੱਲ ਕਰਦਾ, ਮੈਂ ਇੰਨਾ ਟਾਇਰਡ ਹੋ ਜਾਂਦਾ ਵੀ ਮੈਂ ਕਹਿੰਦਾ ਯਾਰ ਵੀ ਛੱਡ ਕਿਹੜਾ, ਵੀ 2-3 ਦਿਨ ਉੱਠਣ ਨੂੰ ਜੀ ਨਹੀਂ ਕਰਦਾ ਜੀ ਜੀ ਜੀ। ਇੱਥੇ 50 ਦਿਨ ਹੋ ਗਏ, ਪਤਾ ਹੀ ਨਹੀਂ ਲੱਗ ਰਿਹਾ, ਹੁਣ ਤਾਂ ਘਰ ਹੀ ਬਣ ਗਿਆ ਸਾਰਾ ਜੀ। ਬਹੁਤ ਮੁਸ਼ਕਲਾਂ ਬਹੁਤ ਨੇ। ਸਭ ਤੋਂ ਵੱਡੀ ਗੱਲ ਆਪਾਂ ਕਹਿ ਦਈਏ ਵੀ ਵਾਸ਼ਰੂਮ ਦੀ ਆ, ਸਵੇਰੇ ਬੰਦਾ ਜਾਂ ਲੇਡੀਜ਼ ਦਾ ਜਾਂ ਬੰਦਾ ਆਇਆ ਹਨਾ, ਉਹ ਉੱਠਦੇ ਹਰ ਇੱਕ ਨੂੰ ਆਪਾਂ ਨੂੰ ਆਉਂਦਾ ਵੀ ਆਪਾਂ ਪਹਿਲਾਂ ਵਾਸ਼ਰੂਮ ਜਾਈਏ, ਇੱਥੇ ਵੇਟ ਕਰਨੀ ਪੈਂਦੀ ਆ, ਠੀਕ ਆ। ਉਹ ਚੀਜ਼ਾਂ ਉਹ ਚੀਜ਼ਾਂ ਦੇ ਵਿੱਚੋਂ ਲੰਘ ਲੰਘ ਕੇ ਫਿਰ ਸੰਘਰਸ਼ ਕਿਹਨੂੰ ਕਹਿੰਦੇ ਆ, ਫਿਰ ਅਸੀਂ ਫਿਰ ਲੜਾਈ ਕੀ ਹੈ ਨਾ। ਅੱਜ ਸਾਡੇ ਕੋਲ ਸਹੂਲਤਾਂ, ਕਿੰਨੀਆਂ ਸਹੂਲਤਾਂ ਆ ਗਈਆਂ, ਵਾਸ਼ਰੂਮ ਦੀ ਸਹੂਲਤ ਆ ਗਈ ਸਾਡੇ ਕੋਲ, ਕੰਬਲ ਆ ਗਏ, ਪੈਣ ਨੂੰ ਵਧੀਆ, ਸਾਨੂੰ ਪਾਲਾ ਵੀ ਨਹੀਂ ਲੱਗਦਾ ਜਾਂ ਕਿੱਦਾਂ, ਹਰ ਇੱਕ ਸਹੂਲਤ, ਖਾਣ ਪੀਣ ਨੂੰ ਵੀ ਵਧੀਆ। ਕੋਈ ਉਹ ਵੀ ਟਾਈਮ ਸੀਗੇ ਜਦੋਂ ਕੋਈ ਸਹੂਲਤ ਨਹੀਂ ਸੀ ਹੁੰਦੀ ਜੀ, ਠੀਕ ਆ। ਫਿਰ ਬੈਠਿਆਂ ਦੇ ਪਾਣੀ ਪਾ ਦੇ, ਠੰਡਾ ਠੰਡ ਦੇ ਵਿੱਚ ਬੜਾ ਕੁਛ ਦੇਖਣਾ ਪੈਂਦਾ, ਪਰ ਬੈਠੇ ਆ, ਡਟੇ ਮੈਂ ਆ, ਡਟੇ ਸੀ, ਡਟੇ ਹਾਂ, ਡਟੇ ਰਹਾਂਗੇ। ਮਾਲਕ ਤੇ ਭਰੋਸਾ, ਜਿੱਤ ਪੱਕਾ ਹੋਊਗੀ। ਜਥੇਬੰਦੀਆਂ ਤੇ ਵਿਸ਼ਵਾਸ ਬਣਾ ਕੇ ਚੱਲਣ ਦੀ ਲੋੜ ਹੈ, ਸਾਰਿਆਂ ਨੂੰ ਇੱਕ ਹੋ ਕੇ ਚੱਲਣ ਦੀ ਲੋੜ ਜੀ। ਰੁਪਿੰਦਰ ਸਿੰਘ ਜਲਾਲ ਜੀ, ਕਬੱਡੀ ਦੇ ਵਿੱਚ ਕਮੈਂਟੇਟਰ ਤਾਂ ਰਹੇ ਹੀ ਹਨ, ਬਟ ਹੁਣ ਇਸ ਸੰਘਰਸ਼ ਦੇ ਵਿੱਚ ਇਹਨਾਂ ਦੀ ਸੇਵਾ ਇੱਕ ਵੱਡੇ ਲੈਵਲ ਤੇ ਵੇਖਣ ਨੂੰ ਮਿਲ ਰਹੀ ਹੈ। ਜਿਸ ਤਰ੍ਹਾਂ ਇਹਨਾਂ ਨੇ ਏਕਤਾ ਦੀ ਗੱਲ ਕੀਤੀ, ਇਹ ਖੁਦ ਉਸ ਏਕਤਾ ਦੇ ਇੱਕ ਹਿੱਸੇਦਾਰ ਹਨ, ਉਸ ਏਕਤਾ ਨੂੰ ਪ੍ਰਮੋਟ ਕਰ ਰਹੇ, ਉਹਨੂੰ ਵਧਾ ਰਹੇ ਹੈ, ਤੇ ਇਹਨਾਂ ਦੇ ਵੱਲੋਂ ਕੀ ਸੇਵਾ ਇੱਥੇ ਹੋ ਰਹੀ ਹੈ ਉਹ ਸਾਰੀ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ ਅੱਜ ਭਾਵੇਂ ਮੀਟਿੰਗ ਵਿੱਚੋਂ ਕੁਛ ਨਹੀਂ ਨਿਕਲਿਆ, ਕੋਈ ਵੱਡੀ ਡਿਵੈਲਪਮੈਂਟ ਨਹੀਂ ਨਿਕਲੀ, ਭਾਵੇਂ 26 ਜਨਵਰੀ ਨੂੰ ਲੈ ਕੇ ਲੋਕਾਂ ਦੇ ਜ਼ਹਿਨ ਵਿੱਚ ਕੁਛ ਕੰਸਰਨਸ ਹਨ, ਕੁਛ ਤੁਸੀਂ ਕਹਿ ਲਓ ਵਰੀਜ਼ ਹੈਗੀਆਂ, ਇਹਦਾ ਕੋਈ ਫਰਕ ਨਹੀਂ। ਜੋ ਇੱਥੇ ਰਿਐਲਿਟੀ ਹੈਗੀ ਗਰਾਊਂਡ 'ਤੇ, ਉਹ ਤੁਹਾਨੂੰ ਇਹੀ ਦੱਸ ਰਹੀ ਹੈ ਕਿ ਇੱਥੇ ਦੇ ਮੋਰਚੇ ਦੇ ਹਿੱਸੇਦਾਰ ਡਟੇ ਹੋਏ ਹਨ, ਐਂਡ ਉਹ ਬੇਫਿਕਰ ਹਨ। ਤੁਸੀਂ ਜਿੰਨੀ ਮਰਜ਼ੀ ਮੀਟਿੰਗਾਂ ਕਰਨੀ ਹੈ ਕਰ ਲਿਓ, ਸਾਨੂੰ ਤਾਂ ਇਹ ਬਿੱਲਾਂ ਨੂੰ ਰੱਦ ਕਰਕੇ ਹੀ ਸਾਨੂੰ ਇੱਥੋਂ ਨਿਕਲਣਾ, ਉਸ ਤੋਂ ਪਹਿਲੇ ਨਹੀਂ ਆਪਾਂ ਹਿਲਾਂਗੇ। ਇਹਦੇ ਨਾਲ ਹੀ ਅੱਜ ਦੀ ਪ੍ਰੋਗਰਾਮ ਦੀ ਸਮਾਪਤੀ ਕਰਦੇ। ਰੁਪਿੰਦਰ ਜੀ, ਥੈਂਕ ਯੂ ਸੋ ਮਚ ਸਾਡੇ ਨਾਲ ਜੁੜੇ, ਸਾਡੇ ਵਿਊਰਸ ਨੂੰ ਇਹ ਰਿਐਲਿਟੀ ਦਿਖਾਈ। ਜਾਂਦੇ ਨੇ ਤੁਸੀਂ ਕੁਛ ਹੋਰ ਕਹਿਣਾ ਚਾਹੋਗੇ? ਬਸ ਮੈਂ ਇਹੀ ਕਹਿਣਾ ਜੀ, ਸਾਰੇ ਜੁੜੇ ਰਹੋ, ਜੇ ਤੁਸੀਂ ਸਾਡੇ ਪਿੱਛੇ ਖੜੇ ਹੋ ਤਾਂ ਅਸੀਂ ਵੀ ਇੱਥੇ ਡਟੇ ਹੋਏ ਹਾਂ। ਸੋ ਹੌਸਲੇ ਬਣਾ ਕੇ ਬਸ ਮੰਬ ਰੱਖਿਓ, ਆਪਾਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ ਬਸ। ਇਹਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।